ਇਸ ਇੰਟਰਵਿਊ ਨੂੰ ਉਹ ਲੋਕ ਜ਼ਰੂਰ ਵੇਖਿਓ ਜਿਹੜੇ ਕੁਝ ਸਮਾਜ ਲਈ ਚੰਗਾ ਕਰਨਾ ਚਾਹੁੰਦੇ ਨੇ ਤੇ ਇਮੀਗ੍ਰੇਸ਼ਨ ਅਫਸਰ ਨੇ ਖੜਾ ਹੋ ਕੇ ਆਵਾਜ਼ ਮਾਰੀ ਸਰਦਾਰ ਜੀ ਤੁਸੀਂ ਸਾਡੇ ਮਹਿਮਾਨ ਹੋ ਜਿਹੜਾ ਡਰਾਈਵਰ ਸੀ ਮੁਸਲਮਾਨ ਸੀ ਨਾ ਉਹਨੇ ਦੋ ਗੱਲਾਂ ਕਹੀਆਂ ਤੇ ਉਹ ਦੋ ਗੱਲਾਂ ਮੇਰੇ ਉਦਣ ਸੀਨੇ ਦੇ ਵੱਜੀਆਂ ਸਪੇਨ ਦੇ ਵਿੱਚ ਨਾ ਪਲਾਸਟਿਕ ਜਾਂ ਫਿਰ ਕੂੜਾ ਕ੍ਰਿਕਟ ਹੁੰਦਾ ਹੈ ਉਹ ਇਹਨਾਂ ਨੇ ਇੱਕ ਤਿੰਨ ਬੰਦਿਆਂ ਨੇ ਸ਼ੁਰੂਆਤ ਕੀਤੀ ਤੇ ਅੱਜ ਬਹੁਤ ਵੱਡੀ ਟੀਮ ਹੈ ਜਿਹੜੀ ਇੱਥੇ ਕੂੜਾ ਕ੍ਰਿਕਟ ਚੁੱਕਦੀ ਹੈ ਇਹ ਨਹੀਂ ਕਿ ਬਾਹਲੇ ਮੁਲਖਾ ਚ ਖਲਾਰਾ ਹੈ ਨਹੀਂ ਗੰਦ ਹੈ ਨਹੀਂਗਾ ਪਲਾਸਟਿਕ ਦੀਆਂ ਬੋਤਲਾਂ ਦੇਖ ਸਕਦੇ ਹਾਂ ਜਿਹਦੇ ਵਿੱਚ ਪਲਾਸਟਿਕ ਇਹ ਜਿਹੜੇ 3 ਆ ਜਿਹੜੇ 3 ਆ ਜਿਹੜੇ ਕਦੇ ਵੀ ਤੁਸੀਂ ਬੀਅਰ ਪੀਤੀ ਹੋਊਗੀ ਸ਼ਾਇਦ ਜਿਹੜੇ ਮੇਰੇ ਵੀਰ ਆ ਤੇ ਬੀਅਰ ਪੀ ਕੇ ਜਿਹੜੇ ਟੀਨ ਆ ਉਹ ਅਕਸਰ ਕਈ ਵਾਰੀ ਐਦਾਂ ਮਰੋੜ ਕੇ ਤੇ ਸਮੁੰਦਰ 'ਚ ਛੱਡ ਦੀਦੇ ਜਾਂ ਜੰਗਲ 'ਚ ਛੱਡ ਦੀਦੇ ਆ ਉਹ ਉਹ ਇਹ ਸਾਰੇ ਉਹ ਟੀਨ ਆ ਜਿਹੜੇ ਅਸੀਂ ਇਕੱਠੇ ਕਰ ਰਹੇ ਆ ਇੱਕ ਵੀਡੀਓ ਬਹੁਤ ਮਕਬੂਲ ਹੋਈ ਉਹਨਾਂ ਵਿੱਚੋਂ ਜਦੋਂ ਲੋਕਾਂ ਨੇ ਪੱਗਾਂ ਵਾਲਿਆਂ ਨੂੰ ਘੇਰ ਲਿਆ ਤੇ ਫਿਰ ਉਹਨਾਂ ਦੀ ਆਉ ਭਗਤ ਕੀਤੀ ਇਹ ਸਰ ਆਓ ਬੱਲੇ 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 ਤੁਸੀਂ ਮੇਨ ਰੋਡ ਤੇ ਸਾਡੀ ਗੱਡੀ ਰਕਾਈ ਆ ਜੀ ਮੈਂ ਇੱਕ ਗੱਲ ਐਡ ਕਰ ਦੇਣੀ ਚਾਹੁੰਦਾ ਵਾ ਪੰਜਾਬੀ ਲੋਕ ਚੈਨਲ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਸਰਦਾਰ ਭਰਾਵਾਂ ਨੂੰ ਬਹੁਤ ਪਿਆਰ ਮਿਲਦਾ ਇੱਥੇ ਬਹੁਤ ਸਾਰੇ ਵੀਰ ਸੇਵਾ ਕਰਦੇ ਇਹੋ ਜੀ ਮੈਂ ਦੇਖੇ ਆ ਕੋਸ਼ ਸਾਡੇ ਲੋਕ ਇਹ ਕਹਿੰਦੇ ਕਹਿ ਦਿੰਦੇ ਆ ਕਿ ਇਹ ਦਿਖਾਵਾ ਕਰਦੇ ਆ ਹੜਾਂ ਦੇ ਵਿੱਚ ਇੱਕ ਲੋਕਾਂ ਨੇ ਜੀ ਇਹ ਸਾਰੇ ਦਿਖਾਵਾ ਕਰਦੇ ਨੇ ਫੋਟੋਆਂ ਪਾ ਰਹੇ ਨੇ ਉੱਥੇ ਫੋਟੋਆਂ ਖਿਚਾਈ ਜਾ ਰਹੀ ਨੇ ਪਰ ਇੱਕ ਗੱਲ ਦੱਸਿਓ ਜੇ ਫੋਟੋਆਂ ਖਿਚਾ ਰਹੇ ਨੇ ਤਾਂ ਪਤਾ ਲੱਗ ਰਿਹਾ ਵੀ ਸੇਵਾ ਹੋ ਰਹੀ ਏ ਪੰਜਾਬ ਦੇ ਵਿੱਚ ਪਰ ਜਿਹੜਾ ਪੁੱਤ ਮਾਪਿਆਂ ਦੇ ਸਾਹਮਣੇ ਨਸ਼ੇ ਕਰਦਾ ਆ ਤੇ ਜਦੋਂ ਮਾਪਿਆਂ ਦੀ ਗੈਰ ਹਾਜ਼ਰੀ ਹੋਊਗੀ ਉਹ ਕੀ ਕਰੂਗਾ ਮੈਂ ਇਹੋ ਜਿਹੇ ਹਾਲਾਤ ਮੁੰਡਿਆਂ ਦੇ ਦੇਖਿਆ ਜਿਨ੍ਹਾਂ ਦੇ ਪਿਸ਼ਾਬ ਟੋਲਟ ਵੀ ਵਿੱਚ ਕਰਦੇ ਆ ਹੁਣ ਉਹਦਾ ਪਰਿਵਾਰ ਸਾਨੂੰ ਫੋਨ ਕਰਕੇ ਧਮਕੀਆਂ ਦਿੰਦਾ ਆ ਕਿ ਸਾਡਾ ਮੁੰਡਾ ਅਸੀਂ ਘਰ ਇੱਥੇ ਮੀਰ ਆ ਸਾਡੇ ਘਰੇ ਫੂਰ ਟਿਊਨਰ ਖੜੀ ਆ ਸਾਡੇ ਘਰੇ ਸਾਡੀਆਂ 50 ਲੱਖ ਦੀ ਕੋਠੀ ਬਣੀ ਹੋਈ ਆ ਤੇ ਤੁਸੀਂ ਇੱਕ ਵੀਡੀਓ ਪਾ ਕੇ ਸਾਡੀ ਮਿੱਟੀ ਪਲੀਤ ਕਰਤੀ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਵੀਰੋ ਦੇਖੋ ਮਿੱਟੀ ਪਲੀਤ ਹੋ ਗਈ ਉਹ ਨਹੀਂ ਵੱਡੀ ਚੀਜ਼ ਜੇ ਤੁਹਾਡਾ ਪੁੱਤ ਮਰ ਗਿਆ ਪੇਟੀ ਦੇ ਵਿੱਚ ਬੰਦ ਹੋ ਕੇ ਆਇਆ ਉਹ ਤੁਹਾਡੇ ਉਹ ਤੁਹਾਡੇ ਲਈ ਸਹੀ ਆ ਮੈਂ ਤਾਂ ਹੀ ਪੰਜਾਬੀ ਲੋਕ ਚੈਨਲ ਦਾ ਸ਼ੁਰੂ ਤੋਂ ਹੀ ਬੜਾ ਫੈਨ ਆ ਜੀ ਬਹੁਤ ਦੇਖਦਾ ਮਾਂ ਬਹੁਤ ਸਵਾਗਤ ਅਮਰੀਕ ਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਦੀਪ ਸਿੰਘ ਖੜੀ ਸਵਾਗਤ ਕਰਦਾ ਜ਼ਿਆਦਾ ਸ਼ਬਦਾਂ ਦੀ ਮਾਲਾ ਨਹੀਂ ਪਰਾਉਣੀ ਆਪਾਂ ਨੇ ਸ਼ੁਰੂਆਤ ਦੇ ਵਿੱਚ ਪਰ ਇਹਨਾਂ ਜ਼ਰੂਰ ਕਹਾਂਗਾ ਕਿ ਇਹ ਇਸ ਇੰਟਰਵਿਊ ਨੂੰ ਉਹ ਲੋਕ ਜ਼ਰੂਰ ਵੇਖਿਓ ਜਿਹੜੇ ਕੁਝ ਸਮਾਜ ਲਈ ਚੰਗਾ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਕੁਝ ਸਿੱਖਣਾ ਚਾਹੁੰਦੇ ਨੇ ਉਹਨਾਂ ਲੋਕਾਂ ਦੇ ਲਈ ਇਹ ਇੰਟਰਵਿਊ ਹੈ ਤੇ ਇਹਨੂੰ ਜ਼ਰੂਰ ਵੇਖਿਓ ਮੇਰੇ ਨਾਲ ਇਸ ਵੇਲੇ ਅਮਰੀਕ ਸਿੰਘ ਸੁਪੇਨ ਇਹਨਾਂ ਬਾਰੇ ਥੋੜਾ ਦੱਸ ਦਿਆਂ ਕਿ ਅਮਰੀਕ ਸਿੰਘ ਸੁਪੇਨ ਜਿਨ੍ਹਾਂ ਨੂੰ ਹੁਣੇ ਤੁਸੀਂ ਪੰਜਾਬੀ ਲੋਕ ਚੈਨਲ ਦੇ ਉੱਤੇ ਪਾਕਿਸਤਾਨ ਤੋਂ ਵੀ ਵੇਖਿਆ ਪਾਕਿਸਤਾਨ ਤੋਂ ਵੱਖ-ਵੱਖ ਵੀਡੀਓਜ਼ ਬਣਾਉਂਦੇ ਰਹੇ ਆ ਇੱਕ ਵੀਡੀਓ ਬਹੁਤ ਮਕਬੂਲ ਹੋਈ ਉਹਨਾਂ ਵਿੱਚੋਂ ਜਦੋਂ ਲੋਕਾਂ ਨੇ ਪੱਗਾਂ ਵਾਲਿਆਂ ਨੂੰ ਘੇਰ ਲਿਆ ਤੇ ਫਿਰ ਉਹਨਾਂ ਦੀ ਆਉ ਭਗਤ ਕੀਤੀ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਅਮਰੀਕ ਸਿੰਘ ਜੀ ਹੁਣ ਪੱਗ ਦੇ murid ਹੋ ਗਏ ਨੇ ਤੇ ਕਹਿ ਰਹੇ ਨੇ ਕਿ ਸਪੇਨ ਤੋਂ ਮੋਨੇ ਸੀ ਜਦੋਂ ਆਉਂਦੇ ਨੇ ਪਾਕਿਸਤਾਨ ਪਰ ਇੱਥੇ ਆ ਕੇ ਹੁਣ ਦਸਤਾਰ ਚੜਾਉਣ ਲੱਗ ਗਏ ਆ ਕਿਉਂਕਿ ਇਨੰਦਾ ਕਹਿੰਦਾ ਕਿ ਇਹਨਾਂ ਨੂੰ ਦਸਤਾਰ ਦੀ ਮਹੱਤਤਾ ਦਾ ਪਤਾ ਲੱਗ ਗਿਆ ਬਹੁਤ ਸਾਰੀਆਂ ਗੱਲਾਂ ਹੋਰ ਕਰਨੀਆਂ ਐ ਮੈਂ ਅਮਰੀਕ ਸਿੰਘ ਦੇ ਨਾਲ ਜਿਹੜੀਆਂ ਬਹੁਤ ਹੀ ਕੀਮਤੀ ਨੇ ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਇੱਥੇ ਜੀ ਆਇਆਂ ਨੂੰ ਜੀ ਪਿੰਡ ਸਿਧਵਾ ਦੋਨਾ ਜੀ ਜੀ ਤੇ ਅਮਰੀਕ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਬਹੁਤ ਵਧੀਆ ਕਵਰੇਜ ਆਪਣੀ ਟੀਮ ਦੇ ਨਾਲ ਤੁਸੀਂ ਪੰਜਾਬੀ ਲੋਕ ਚੈਨਲ ਦੇ ਲਈ ਦਿੱਤੀ ਹੈ ਬਹੁਤ ਸ਼ੁਕਰੀਆ ਹਾਂਜੀ ਧੰਨਵਾਦ ਜੀ ਤੁਹਾਡਾ ਵੀ ਜਿਨ੍ਹਾਂ ਵੀਰਾਂ ਨੇ ਵੀਡੀਓ ਦੇਖੀਆਂ ਉਹਨਾਂ ਦਾ ਵੀ ਬਹੁਤ-ਬਹੁਤ ਤੇ ਇਹੀ ਕਹਿਣਾ ਜੀ ਜੀ ਤੇ ਪਾਕਿਸਤਾਨ ਦੀ ਫੇਰੀ ਬਾਰੇ ਜ਼ਰੂਰ ਦੱਸੋ ਕਿਵੇਂ ਦਾ ਪਿਆਰ ਮਿਲਿਆ ਕਿਵੇਂ ਦੀਆਂ ਜੜੀਆਂ ਕੁਝ ਗੱਲਾਂ ਐ ਉਹ ਕੈਮਰੇ ਤੇ ਨਹੀਂ ਹੋਈਆਂ ਹੁਣ ਤੁਸੀਂ ਦੱਸਣਾ ਚਾਹੁੰਦੇ ਹੋ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਹਾਂਜੀ ਜਦੋਂ ਸਭ ਤੋਂ ਪਹਿਲਾਂ ਮੈਂ ਜਦੋਂ ਨਾ ਵੀਜ਼ਾ ਲਵਾਇਆ ਪਾਕਿਸਤਾਨ ਦਾ ਇੱਕ ਮਨ ਦੇ ਵਿੱਚ ਇੱਕ ਬੜਾ ਵੱਡਾ ਡਰ ਸੀਗਾ ਕਿ ਮੈਨੂੰ ਮੇਰੇ ਪਰਿਵਾਰ ਮੈਂਬਰਾਂ ਨੇ ਵੀ ਕਈ ਯਾਰਾਂ ਦੋਸਤਾਂ ਨੇ ਵੀ ਕਿਹਾ ਕਿ ਨਾ ਜਾ ਉੱਥੇ ਹੋ ਸਕਦਾ ਕਿ ਜਿਹੜਾ ਮਾਹੌਲ ਚੱਲ ਰਿਹਾ ਆ ਤੇ ਉਹਦੇ ਕਰਕੇ ਨਾ ਜਾ ਫਿਰ ਜਦੋਂ ਅਸੀਂ ਵੀਜ਼ਾ ਲਵਣ ਲਈ ਗਏ ਗੁਰੂ ਸਾਹਿਬ ਨੇ ਕਿਰਪਾ ਕੀਤੀ ਹਮ ਇੱਕ ਦਿਨ ਦੇ ਵਿੱਚ ਮੇਰਾ ਵੀਜ਼ਾ ਲੱਗਾ ਟਿਕਟ ਵੀ ਲਈ ਤਿਆਰੀ ਵੀ ਹੋਈ ਤੇ ਜਦੋਂ 에ਰਪੋਰਟ ਤੇ ਸਲਾਮਾਂਬਾਦ 에ਰਪੋਰਟ ਤੇ ਉਤਰੇ ਤੇ ਮੈਂ ਉਦੋਂ ਬਿਨਾਂ ਦਸਤਾਰ ਤੋਂ ਸੀ ਦਸਤਾਰ ਮੈਂ ਆਪਣੇ ਬੈਗ ਵਿੱਚ ਪਾ ਕੇ ਲਿਆਂਦੀ ਸੀ ਤੇ ਮੈਂ ਸੋਚਿਆ ਸੀ ਕਿ ਦਸਤਾਰ ਬਨੂਗਾ ਜਾ ਕੇ ਹੋਟਲ ਵਿੱਚ ਜਾਂ ਜਿੱਥੇ ਅਸੀਂ ਜਾਣਾ ਆ ਤੇ ਉੱਥੇ ਜਾ ਕੇ ਬਨੂਗਾ ਪਰ ਮੇਰੇ ਮਨ ਦੇ ਵਿੱਚ ਉੱਥੇ ਜਦੋਂ 에ਰਪੋਰਟ ਤੇ ਜਹਾਜ਼ ਤੇ ਉਤਰਿਆ ਤੇ ਮੈਂ ਉਤਰਦੇ ਸਾਰ ਹੀ ਪਹਿਲਾਂ ਦਸਤਾਰ ਬੰਨੀ ਹੂੰ ਦਸਤਾਰ ਬਨਦੇ ਹੀ ਜਦੋਂ ਇਮੀਗ੍ਰੇਸ਼ਨ ਦੀ ਲਾਈਨ ਦੇ ਵਿੱਚ ਲੱਗੇ ਤੇ ਇਮੀਗ੍ਰੇਸ਼ਨ ਅਫਸਰ ਨੇ ਖੜਾ ਹੋ ਕੇ ਆਵਾਜ਼ ਮਾਰੀ ਸਰਦਾਰ ਜੀ ਤੁਸੀਂ ਸਾਡੇ ਮਹਿਮਾਨ ਹੋ ਮਹਿਮਾਨ ਲਾਈਨਾਂ 'ਚ ਨਹੀਂ ਲੱਗਦੇ ਅੱਗੇ ਆਓ ਅੱਛਾ ਜੀ ਤੇ ਮੇਰੀ ਉਹਨਾਂ ਨੇ ਇਮੀਗ੍ਰੇਸ਼ਨ ਕਰਕੇ ਤੇ ਮੈਨੂੰ ਅੱਗੇ ਤੋਰਿਆ ਤੇ ਜਿਵੇਂ ਹੀ ਥੱਲੇ ਆਇਆ ਤੇ ਮੈਂ ਆਪਣਾ ਟੈਚੀ ਚੱਕਿਆ ਤੇ ਮੈਂ ਟੈਚੀ ਚੱਕ ਕੇ ਸਿਕਿਉਰਿਟੀ ਕੋਲ ਗਿਆ ਹੂੰ ਕਿ ਬਾਹਰ ਨਿਕਲਣ ਵਾਸਤੇ ਤੇ ਉਦੋਂ ਐ ਸਿਕਿਉਰਿਟੀ ਵਾਲੇ ਨੇ ਮੈਨੂੰ ਮੇਰਾ ਟੈਚੀ ਇਨਕਮ ਟੈਕਸ ਵਾਲੇ ਨੇ ਮੈਨੂੰ ਟੈਚੀ ਮੇਰਾ ਖੋਲਣ ਤੋਂ ਇਨਕਾਰ ਕਰਤੀ ਕਹਿੰਦਾ ਸਰਦਾਰ ਜੀ ਤੁਹਾਡਾ ਟੈਚੀ ਤੁਸੀਂ ਕਿਹੜਾ ਕੁਝ ਲੈ ਕੇ ਆਏ ਆ ਸਰਦਾਰ ਆ ਤੁਸੀਂ ਸਾਡੇ ਮਹਿਮਾਨ ਹੋ ਤੁਸੀਂ ਅੱਗੇ ਜਾਓ ਹੂੰ ਤੇ ਬੜਾ ਇਦਾਂ ਜਦੋਂ ਪਿਆਰ ਮਿਲਿਆ ਤੇ ਮਨ ਥੋੜਾ ਜਿਹਾ ਭਰ ਆਇਆ ਹੂੰ ਤੇ ਅੱਗੇ ਜੋ ਹੋਰ ਵੀ ਮਿੱਤਰ ਗਏ ਸੀਗੇ ਉਹ ਹੋਰ ਰੇਲ ਲਾਈਨ 'ਚ ਆਏ ਸੀਗੇ ਉੱਥੇ ਤੇ ਜਦੋਂ ਅਸੀਂ ਇਕੱਠੇ ਹੋਏ ਇਕੱਠੇ ਹੋ ਕੇ ਚੱਲੇ ਤੇ ਰਾਸਤੇ ਵਿੱਚ ਜਦੋਂ ਜਾ ਰਹੇ ਸੀਗੇ ਤੇ ਭੁੱਖ ਲੱਗੀ ਸੀ ਤੇ ਜਦੋਂ ਭੁੱਖ ਲੱਗੀ ਤੇ ਫਰੂਟ ਵਾਲੀ ਰੇੜੀ ਤੇ ਰੁਕੇ ਤੇ ਫਰੂਟ ਵਾਲੇ ਰੇੜੀ ਵਾਲੇ ਨੇ ਆ ਕੇ ਵੀ ਸਾਡਾ ਕਹਿੰਦਾ ਤੁਸੀਂ ਆਓ ਬੈਠੋ ਖੜੇ ਹੋਵੋ ਤੇ ਸਾਨੂੰ ਕੇਲੇ ਸ਼ਿਕਾਏ ਤੇ ਜਦੋਂ ਅਸੀਂ ਪੈਸੇ ਦੇਣ ਲੱਗੇ ਤੇ ਉਹਨਾਂ ਨੇ ਹੱਥ ਜੋੜ ਦਿੱਤੇ ਕਿ ਨਹੀਂ ਪੈਸੇ ਲੈਣੇ ਤੇ ਉੱਥੇ ਹੀ ਇੱਕ ਕੋਈ ਆਫਸਰ ਸੀਗਾ ਗੱਡੀ 'ਚ ਜਾ ਰਿਹਾ ਸੀਗਾ ਉਹ ਵੀ ਆਇਆ ਉਹ ਵੀ ਸਾਡੇ ਕੋਲ ਕਿੰਨੂ ਲੈ ਕੇ ਆਇਆ ਸੰਤਰੇ ਲੈ ਕੇ ਆਇਆ ਉਹਨੇ ਸਾਨੂੰ ਸੰਤਰੇ ਦਿੱਤੇ ਤੇ ਮਨ ਬੜਾ ਬਹੁਤ ਹੀ ਜ਼ਿਆਦਾ ਜਦਾਂ ਹੋਇਆ ਕੇ ਅੰਦਰੋਂ ਕਿ ਵਾਕੇ ਹੀ ਸਾਡੀ ਕੋਈ ਕਦਰ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਜਿਆਦਾ ਮੇਰੇ ਛੱਟ ਜਿਹੜੀ ਅੰਦਰੂਨੀ ਛੱਟ ਵੱਜੀ ਆ ਉਹ ਉਦੋਂ ਵੱਜੀ ਜਦੋਂ ਮੈਂ ਲਾਹੌਰ ਦੇ ਕਿਲੇ ਵਿੱਚ ਗਿਆ ਤੇ ਲਾਹੌਰ ਦੇ ਕਿਲੇ ਵਿੱਚ ਗਿਆ ਤੇ ਜਾ ਕੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਤੇ ਉੱਥੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਜੋ ਵਾਪਸ ਗੱਡੀ ਵਿੱਚ ਆਏ ਤੇ ਲਾਹੌਰ ਦੇ ਕਿਲੇ ਵਿੱਚ ਟੂਰਿਸਟ ਪਲੇਸ ਆ ਦੁਨੀਆ ਬਹੁਤ ਦੂਰ ਦੂਰੋਂ ਆਉਂਦੀ ਆ ਤੇ ਬੜੇ ਮੁਸਲਮਾਨ ਵੀਰ ਵੀ ਆਉਂਦੇ ਆ ਤੇ ਬੜੀ ਭੀੜ ਸਾਡੇ ਆਸ-ਪਾਸੇ ਇਕੱਠੀ ਹੋਣੀ ਸ਼ੁਰੂ ਹੋ ਗਈ ਗੈਲਰੀ ਸੋਆਂ ਦੇ ਹਿਸਾਬ ਨਾਲ ਗਿਣਤੀ ਸ਼ੁਰੂ ਹੋ ਗਈ ਤੇ ਹਰ ਇੱਕ ਬੰਦਾ ਇੱਕ ਸੈਲਫੀ ਖਿਚਾਉਣ ਲਈ ਸਾਡੇ ਕੋਲ ਆਣਾ ਸ਼ੁਰੂ ਹੋ ਗਿਆ ਕਿ ਇੰਨਾ ਰਸ਼ ਪੈ ਗਿਆ ਕਿ ਮੈਨੂੰ ਇਵੇਂ ਜਾਪਦਾ ਸੀ ਕਿ ਮੈਂ ਕੋਈ ਬਹੁਤ ਵੱਡਾ ਹੀਰੋ ਆ ਕਿ ਬਹੁਤ ਵੱਡਾ ਹੀਰੋ ਆਪਣੇ ਆਪ ਨੂੰ ਜਾਪਣ ਲੱਪਿਆ ਕਿ ਮੈਨੂੰ ਲੱਗਣ ਲੱਪਿਆ ਕਿ ਮੈਂ ਕੋਈ ਬਹੁਤ ਵੱਡਾ ਕੋਈ ਹੀਰੋ ਆ ਕਿ ਜਿਹੜਾ ਮੇਰੇ ਆਸੇ ਪਾਸੇ ਇੰਨੀ ਇਹ ਸੰਗਤ ਇਕੱਠੀ ਹੋਈ ਆ ਲੋਕ ਮੇਰੇ ਨਾਲ ਫੋਟੋ ਖਿਜਾ ਰਹੇ ਸਰਦਾਰ ਜੀ ਸਰਦਾਰ ਜੀ ਹੋ ਰਹੀ ਆ ਫਿਰ ਮੰਨ ਦੇ ਵਿੱਚ ਲੱਗ ਇੱਕ ਜਿਹੜਾ ਡਰਾਈਵਰ ਸੀ ਮੁਸਲਮਾਨ ਸੀ ਨਾ ਉਹਨੇ ਦੋ ਗੱਲਾਂ ਕਹੀਆਂ ਤੇ ਉਹ ਦੋ ਗੱਲਾਂ ਮੇਰੇ ਉਦਣ ਸੀਨੇ ਤੇ ਵੱਜੀਆਂ ਹੂੰ ਤੇ ਗੱਲਾਂ ਇਹ ਸੀਗੀਆਂ ਉਹ ਕਹਿੰਦਾ ਜੀ ਵੀਰ ਜੀ ਤੁਹਾਨੂੰ ਸਲਾਮ ਨਹੀਂ ਹੋ ਰਹੀ ਹੂੰ ਇਹ ਸਲੂਟ ਤੁਹਾਨੂੰ ਨਹੀਂ ਹੋ ਰਿਹਾ ਇਹ ਤੁਹਾਡੀ ਪੱਗ ਨੂੰ ਹੋ ਰਿਹਾ ਹੂੰ ਜਿਹੜੀਆਂ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਜੋ ਸਿੱਖ ਇਤਿਹਾਸ ਆ ਮਹਾਰਾਜਾ ਰਣਜੀਤ ਸਿੰਘ ਜੋ ਉਹਨਾਂ ਦਾ ਇੱਥੇ ਇਮਾਰਤਾਂ ਬਣੀਆਂ ਹੋਈਆਂ ਆ ਜੋ ਉਹਨਾਂ ਨੇ ਗੁਰੂ ਗੁਰਦੁਆਰਿਆਂ ਦੀ ਸੰਭਾਲ ਕੀਤੀ ਇੱਥੇ ਆ ਕੇ ਸਿੱਖ ਕੌਮ ਦੇ ਰਾਜੇ ਮਹਾਰਾਜੇ ਜਿਨੇ ਇੱਥੇ ਇੱਕ ਉਹ ਅਮਨ ਸ਼ਾਂਤੀ ਦਾ ਪੈਗਾਮ ਫਲਾਇਆ ਸੀਗਾ ਉਹਦੇ ਕਰਕੇ ਤੁਹਾਨੂੰ ਸਲੂਟ ਹੋ ਰਿਹਾ ਹੂੰ ਤੇ ਮੈਂ ਉਸ ਦਿਨ ਤੋਂ ਮੈਂ ਆਪਣਾ ਇੰਨਾਕ ਜਿਆਦਾ ਪ੍ਰਭਾਵਿਤ ਹੋਇਆ ਕਿ ਮੈਨੂੰ ਮੈਂ ਆਪਣੇ ਆਪ ਤੇ ਹੋਇਆ ਕਿ ਸਿੱਖ ਹੋਣਾ ਬਹੁਤ ਜ਼ਰੂਰੀ ਆ ਹੂੰ ਜੇ ਅਸੀਂ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਆਪਣੀ ਸਿੱਖੀ ਸਰੂਪ ਨੂੰ ਨਹੀਂ ਸਾਂਭਦੇ ਇਹ ਸਾਡੇ ਲਈ ਬਹੁਤ ਵੱਡਾ ਜਿਹੜਾ ਕਹਿ ਸਕਦੇ ਆ ਇੱਕ ਬਹੁਤ ਮੜ ਕਲਾੰਕ ਕਿਆ ਕਲਾੰਕ ਕਹਿ ਸਕਦੇ ਆ ਕਲਾੰਕਿਆ ਮੈਂ ਇੱਥੇ ਤਾਂ ਇਹ ਗੱਲ ਨੂੰ ਇੱਥੇ ਜ਼ਰੂਰ ਟੋਕਣਾ ਚਾਹੁੰਦਾ ਕਿਉਂਕਿ ਤੁਸੀਂ ਸਪੇਨ ਵਸਦੇ ਹੋ ਕਿੰਨਾ ਟਾਈਮ ਤੁਹਾਨੂੰ ਸਪੇਨ ਹੋ ਗਿਆ 18 ਸਾਲ 20 ਸਾਲ ਕਿੰਨਾ ਹਾਂਜੀ 20 ਸਾਲ ਦੇ ਲਗਭਗ ਹੋ ਗਿਆ ਜੀ 18 18 19 ਤੋਂ 20 ਸਾਲ ਦੇ ਵਿੱਚ ਵਿੱਚ ਹੋ ਗਿਆ ਜੀ ਜਿੱਦਾਂ 2001 ਦੇ ਗਏ ਹੋਏ ਹਾਂ ਜੀ ਹਾਂਜੀ 20 ਸਾਲ ਤੁਹਾਨੂੰ ਲਗਭਗ ਹੋ ਗਿਆ ਤੇ ਤੁਸੀਂ ਅੱਜ ਤੁਹਾਨੂੰ ਅਹਿਸਾਸ ਹੋ ਰਿਹਾ ਵੀ ਸਿੱਖ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਸਪੇਨ ਦੇ ਵਿੱਚ ਤੁਸੀਂ ਸਿੱਖ ਕਿਉਂ ਨਹੀਂ ਹੋ ਪਾਏ ਕਾਰਨ ਕੀ ਹੈ ਇਹ ਬਹੁਤ ਅਸਲੀ ਰੋਲ ਜਿਹੜਾ ਹੁੰਦਾ ਜੀ ਇਹ ਸੰਗਤ ਦਾ ਹੁੰਦਾ ਜੀ ਹਮ ਜਿਹੋ ਜੀ ਬੰਦੇ ਦੀ ਸੰਗਤ ਹੋਵੇ ਉਹੋ ਜਿਹਾ ਰੂਪ ਆ ਜਾਂਦਾ ਵਾ ਤੇ ਦੂਸਰੀ ਗੱਲ ਆ ਜੀ ਅਸੀਂ ਜਦੋਂ ਇੱਥੋਂ ਸਾਨੂੰ ਚੰਗਾ ਨਹੀਂ ਸਮਝਦੇ ਇੱਥੇ ਨਹੀਂ ਗੱਲ ਇਦਾਂ ਨਹੀਂ ਇਦਾਂ ਨਹੀਂ ਜੀ ਜਦੋਂ ਇੱਥੋਂ ਇਨਸਾਨ ਜਾਂਦਾ ਹੈ ਨਾ ਆਪਾਂ ਬਾਹਰ ਜਾਂਦੇ ਆ ਮਨ ਦੇ ਵਿੱਚ ਇੱਕ ਲਾਲਸਾ ਵੀ ਹੁੰਦੀ ਆ ਪੈਸਾ ਕਮਾਉਣ ਦੀ ਜਲਦੀ ਤਰੱਕੀ ਕਰਨ ਦੀ ਤੇ ਅਸੀਂ ਸੋਚਦੇ ਆ ਕਿ ਸਭ ਤੋਂ ਜ਼ਿਆਦਾ ਤਰੱਕੀ ਕਰਨ ਦਾ ਕਾਰਨ ਸਾਨੂੰ ਕੋਈ ਵੇਟਰ ਦੀ ਨੌਕਰੀ ਮਿਲੂਗੀ ਜਾਂ ਕੁਝ ਕੁੱਕ ਮਿਲੂਗੀ ਕਿ ਸ਼ਾਇਦ ਅਸੀਂ ਸਰਦਾਰ ਹੋ ਕੇ ਸਾਨੂੰ ਕੋਈ ਕੰਮ ਤੇ ਨਾ ਰੱਖੂਗਾ ਕਿਉਂਕਿ ਉਹ ਕੰਟਰੀ ਦੇ ਵਿੱਚ ਸਿੱਖਾਂ ਦਾ ਕੋਈ ਇੰਨਾ ਵੱਡਾ ਪ੍ਰਚਾਰ ਨਹੀਂਗਾ ਸਿੱਖਾਂ ਬਾਰੇ ਇੰਨੀ ਕੋਈ ਦੁਨੀਆ ਨਹੀਂ ਜਾਣਦੀ ਜਿੱਦਾਂ ਕੈਨੇਡਾ ਅਮਰੀਕਾ ਹੋਰ ਕੰਟਰੀਆਂ ਨਹੀਂ ਜਾਣਦੀ ਆ ਸਪੇਨ ਵਿੱਚ ਅਸੀਂ ਕੁਝ ਪੰਜਾਬੀ ਸੀਗੇ ਪਹਿਲਾਂ ਕੋਈ ਜ਼ਿਆਦਾ ਪੰਜਾਬੀ ਨਹੀਂ ਸੀਗੇ ਤੇ ਘੱਟ ਪੰਜਾਬੀ ਤੇ ਸਿੱਖਾਂ ਦੀ ਗਿਣਤੀ ਹੋਣ ਕਰਕੇ ਤੇ ਜ਼ਿਆਦਾ ਸਾਨੂੰ ਜਿੱਦਾਂ ਹੋਰਾ ਕੰਟਰੀਆਂ ਬਾਰੇ ਸੋਚਣ ਲੱਗ ਪਏ ਕਿ ਅਸੀਂ ਵੀ ਸ਼ਾਇਦ ਮੁਸਲਮਾਨ ਆ ਉਹਦਾ ਕਰਕੇ ਸ਼ਾਇਦ ਅਸੀਂ ਉਹ ਚੀਜ਼ ਤੋਂ ਥੋੜਾ ਪਿੱਛੇ ਹਟਦੇ ਸੀਗੇ ਜਿਵੇਂ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਰਹਿੰਦਾ ਆ ਮੈਂ ਉਸ ਸ਼ਹਿਰ ਦੇ ਵਿੱਚ ਮੈਂ ਇਕੱਲਾ ਹੀ ਪੰਜਾਬੀ ਆ ਕੋਈ ਵੀ ਹੈ ਨਹੀਂ ਹੋਰ ਇੱਕ ਵੀਰ ਪਾਕਿਸਤਾਨੀ ਆ ਤੇ ਮੈਂ ਇਕੱਲਾ ਪਰਿਵਾਰ ਫੈਮਿਲੀ ਵਾਲਾ ਪੰਜਾਬੀ ਆ ਉੱਥੇ ਤੇ ਉੱਥੇ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਦਸਤਾਰ ਬੰਨੀ ਦੀ ਆ ਲੋਕ ਆ ਕੇ ਪੁੱਛਦੇ ਆ ਹਰ ਇੱਕ ਬੰਦੇ ਨੂੰ ਸਮਝਾਉਣਾ ਦੱਸਣਾ ਪੈਂਦਾ ਆ ਪਰ ਜਦੋਂ ਕਈ ਕਈ ਲੋਕ ਜਿਹੜੇ ਉਹ ਸਮਝਦੇ ਆ ਕਈ ਲੋਕ ਨਹੀਂ ਸਮਝਦੇ ਉਹ ਤੁਹਾਡੀ ਗੱਲ ਸੁਣਨ ਨੂੰ ਵੀ ਨਹੀਂ ਤਿਆਰ ਹੁੰਦੇ ਠੀਕ ਹੈ ਤੇ ਇੱਕ ਅਮਰੀਕ ਸਿੰਘ ਸਪੇਨ ਦੀ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਇੱਥੇ ਵੀ ਅਮਰੀਕ ਸਿੰਘ ਹੋਰਾਂ ਨੇ ਸਪੇਨ ਦੇ ਵਿੱਚ ਨਾ ਪਲਾਸਟਿਕ ਜਾਂ ਫਿਰ ਕੂੜਾ ক্রিকেট ਹੁੰਦਾ ਉਹ ਇਹਨਾਂ ਨੇ ਇੱਕ ਤਿੰਨ ਬੰਦਿਆਂ ਨੇ ਸ਼ੁਰੂਆਤ ਕੀਤੀ ਤੇ ਅੱਜ ਬਹੁਤ ਵੱਡੀ ਟੀਮ ਹੈ ਜਿਹੜੀ ਇੱਥੇ ਕੂੜਾ ক্রিকেট ਚੁੱਕਦੀ ਹੈ ਉਹ ਸ਼ੁਰੂਆਤ ਕਿਉਂ ਹੁੰਦੀ ਹੈ ਅਮਰੀਕ ਸਿੰਘ ਹੋਰਾਂ ਨੇ ਉੱਥੇ ਜਦੋਂ ਕਿ ਇਹ ਕਹਿੰਦੇ ਆਪਾਂ ਵੀ ਸਪੇਨ ਵਰਗੇ ਜਾਂ ਹੋਰ ਜਿਹੜੇ ਬਾਹਰਲੇ ਦੇਸ਼ ਨੇ ਬਹੁਤ ਸਫਾਈ ਹੈ ਭਾਰਤ ਨਾਲੋਂ ਪਰ ਫੇਰ ਵੀ ਇਹਨਾਂ ਨੇ ਇੱਕ ਗੰਦ ਚੱਕਣਾ ਸ਼ੁਰੂ ਕੀਤਾ ਉੱਥੇ ਦੇ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਸ਼ੁਰੂ ਕੀਤਾ ਉਹ ਕਿਉਂ ਕੀਤਾ ਉਹ ਅਸੀਂ ਇਹਨਾਂ ਕੋਲੋਂ ਹੀ ਪੁੱਛਦੇ ਆ ਕਿਉਂ ਅਮਰੀਕ ਸਿੰਘ ਜੀ ਕਿਉਂ ਤੁਸੀਂ ਸ਼ੁਰੂਆਤ ਕੀਤੀ ਸੀ ਇਹਦੇ ਵਿੱਚ ਜੀ ਦੋ ਕਾਰਨ ਆ ਜੀ ਮੇਨ ਪਹਿਲਾ ਕਾਰਨ ਇਹ ਆ ਕਿ ਜਦੋਂ ਤੁਹਾਡੀ ਕਮਿਊਨਿਟੀ ਦੀ ਗਿਣਤੀ ਥੋੜੀ ਹੁੰਦੀ ਹੈ ਨਾ ਤੁਹਾਨੂੰ ਇਹ ਬਹੁਤ ਸ਼ਿੰਗਾਰਸ਼ ਕਰਨਾ ਪੈਂਦਾ ਆ ਇਹ ਪਹੁੰਚਣ ਲਈ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਪਹਿਲਾਂ ਤੇ ਅਸੀਂ ਬਹੁਤ ਘੱਟ ਗਣਤੀ ਕਰਕੇ ਸਾਨੂੰ ਉਹ ਗੋਰੇ ਨਹੀਂ ਚੰਗਾ ਸਮਝਦੇ ਸੀ ਉਹ ਕਹਿੰਦੇ ਵੀ ਜਿੱਦਾਂ ਛਵੀ ਇੱਕ ਬਣ ਜਾਂਦੀ ਦਿਮਾਗ ਦੇ ਵਿੱਚ ਛਵੀ ਬਣਾ ਲੈਂਦੇ ਜਿੱਦਾਂ ਇੱਥੋਂ ਇੰਡੀਆ ਤੋਂ ਵੀਡੀਓ ਜਾਂਦੀਆਂ ਆ ਉਧਰਲੇ ਟੀਵੀ ਚੈਨਲ ਬਹੁਤ ਇਹੋ ਜਿਹੀਆਂ ਵੀਡੀਓ ਦਿਖਾਉਂਦੇ ਆ ਕਿ ਲੋਕ ਰੂੜੀਆਂ ਤੇ ਤੁਰੇ ਫਿਰਦੇ ਆ ਲੋਕ ਮੰਗਦੇ ਆ ਲੋਕ ਇਦਾਂ ਆ ਫਿਰ ਜਦੋਂ ਤੁਹਾਨੂੰ ਪਤਾ ਹੀ ਆ ਜਿਹੜਾ ਬੰਦਾ ਬਾਹਰ ਜਾਂਦਾ ਆ ਉਹ ਇਤੋਂ ਜਾਂ ਤਾਂ ਚੰਗੇ ਘਰ ਦਾ ਹੁੰਦਾ ਚੰਗੇ ਪੈਸੇ ਲਾ ਕੇ ਜਾਂਦਾ ਆ ਚੰਗਾ ਪਿੱਛੇ ਸਟੈਂਡ ਹੁੰਦਾ ਆ ਪਰ ਉੱਥੇ ਉੱਥੇ ਜਾ ਕੇ ਵੀ ਹੁਲੜਬਾਜੀ ਹੁਲੜਬਾਯੋ ਲੋਕੀ ਜਿਹੜੇ ਆ ਹੁਲੜਬਾਜੀ ਕਰਦੇ ਆ ਪਰ ਲੋਕੀ ਵੀ ਜਿਹੜੇ ਆ ਉਹ ਤੁਹਾਨੂੰ ਕਈ ਵਾਰੀ ਨਾ ਪਸੰਦ ਜਾਂ ਕਰਦੇ ਆ ਇਸ ਕਰਕੇ ਇੱਕ ਕਾਰਨ ਤੇ ਇਹ ਆ ਦੂਸਰਾ ਕਾਰਨ ਇਹ ਆ ਕਿ ਅਸੀਂ ਜਿਹੜਾ ਵਾਤਾਵਰਣ ਧਰਤੀ ਆ ਇਨ ਨੂੰ ਇਹ ਸ਼ੁੱਧ ਰੱਖਣਾ ਆ ਸ਼ੁੱਧ ਰੱਖ ਕੇ ਇਹਦੇ ਇੱਕ ਨਿਯਮ ਆ ਹੂੰ ਉਹਦੀ ਅਸੀਂ ਪਾਲਣਾ ਕਰਨੀ ਆ ਤੇ ਜੇ ਭਾਵੇਂ ਕੋਈ ਕੋਈ ਕੰਟਰੀ ਆ ਭਾਵੇਂ ਸਾਫ਼ ਸੁਥਰੀ ਆ ਭਾਵੇਂ ਕੋ ਜਿੰਨੀ ਮਰਜ਼ੀ ਆ ਕਿਤੇ ਨਾ ਕਿਤੇ ਗਲਤੀਆਂ ਅਸੀਂ ਜ਼ਰੂਰ ਕਰਦੇ ਹੋਵਾਂਗੇ ਹੂੰ ਉਸ ਗਲਤੀਆਂ ਨੂੰ ਅਸੀਂ ਜੇ ਆਪਾਂ ਖੁਦ ਮੇਨਟੇਨਸ ਕਰਨਾ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਸ਼ੁਰੂ ਕਰਾਂਗੇ ਸਾਡੇ ਨਾਲ ਦੇਖ ਕੇ ਹੋਰ ਵੀ ਲੋਕ ਸ਼ੁਰੂ ਹੋਣਗੇ ਤੇ ਮੇਨ ਕਾਰਨ ਮੇਰਾ ਇਹ ਆ ਤੇ ਦੂਸਰਾ ਕਾਰਨ ਇਹ ਆ ਜੀ ਕਿ ਜਿੱਦਾਂ ਜਿੱਦਾਂ ਮੈਂ ਸ਼ੁਰੂ ਹੋਇਆ ਆ ਤੇ ਉਦੋਂ-ਉਦੋਂ ਮੇਰੇ ਨਾਲ ਸਾਰੀ ਕਮਿਊਨਿਟੀ ਪਹਿਲਾਂ ਮੇਰੀ ਇੱਕ ਦੁਕਾਨ ਸੀਗੀ ਦੁਕਾਨ ਉਹ ਦੁਕਾਨ ਦੇ ਉੱਤੇ ਜਿੱਦਾਂ ਗਾਕੀ 25% ਜਾਂ 50% ਗਾਕੀ ਘਟ ਗਈ ਇੰਡੀਅਨ ਹੋਣ ਕਰਕੇ ਪੰਜਾਬੀ ਹੋਣ ਕਰਕੇ ਕਿਉਂਕਿ ਕਈ ਗੋਰੇ ਪਹਿਲਾਂ ਉਹ ਗੋਰੇ ਦੁਕਾਨ ਚਲਾਉਂਦੇ ਸੀ ਹੁਣ ਮੈਂ ਚਲਾਉਣਾ ਵਾ ਮੇਰੀ ਦੁਕਾਨ ਚਲਾਉਂਦੇ ਨੂੰ ਦੇਖ ਕੇ ਤੇ ਬਹੁਤ ਸਾਰੇ ਜਿਹੜੇ ਆ ਉਹ ਗੋਰੇ ਕਸਟਮਰ ਸਮਾਨ ਲੈਣ ਨੂੰ ਹੀ ਹਟ ਗਏ ਮੇਰੇ ਕੋਲੋਂ ਕਿ ਇਹ ਇੱਥੇ ਇਮੀਗ੍ਰੇਟਡ ਬੰਦਾ ਆ ਇਹਨੇ ਦੁਕਾਨ ਪਾ ਲਈ ਆ ਹੁਣ ਜਿੱਦਾਂ ਜਿੱਦਾਂ ਮੈਂ ਉਹ ਪਿੰਡ ਦੇ ਵਿੱਚ ਵਿਚਰਦਾ ਮੈਂ ਸਾਫ਼ ਕਰਦਾ ਆ بڑے ਲੋਕਾਂ ਨੇ ਸਿਆਸੀ ਲੋਕਾਂ ਨੇ ਕਿਹਾ ਤੈਨੂੰ ਇੱਥੇ ਸਫਾਈ ਕਰਨ ਦੀ ਕੀ ਲੋੜ ਐ ਤੇ ਪਹਿਲੇ ਕੰਟਰੀ ਜਾ ਆ ਤੇ ਤੂੰ ਆਪਣਾ ਮੁਲਕ ਜਾ ਕੇ ਕਰ ਮੈਂ ਉਹਨਾਂ ਨੂੰ ਦੱਸਿਆ ਵੀ ਵੀਰੋ ਮੈਂ ਜਿੱਥੇ ਰਹਿਣਾ ਇਹ ਮੇਰਾ ਮੁਲਕ ਆ ਮੈਂ ਇੱਥੇ ਖਾਣਾ ਪੀਣਾ ਇਸ ਮੁਲਕ ਦਾ ਮੈਂ ਇਹ ਮੇਰਾ ਮੁਲਕ ਆ ਤੇ ਮੈਂ ਇਸ ਮੁਲਕ ਵਿੱਚ ਸਫਾਈ ਕਰਦਾ ਇਹ ਮੇਰੀ ਪ੍ਰੋਬਲਮ ਆ ਪਰ ਜਦੋਂ ਕਈ ਬੰਦੇ ਜਿਹੜੇ ਜਿੱਦਾਂ ਦੀ ਸੋਚ ਹੁੰਦੀ ਉਦਾਂ ਦੇ ਰਲ ਜਾਂਦੇ ਬੰਦੇ ਤੇ ਉਦਾਂ ਦਾ ਸੋਚ ਨਾਲ ਰਲੇ ਤੇ ਜਦੋਂ ਅਸੀਂ ਜਿਹੜੇ ਏਰੀਆ ਤੱਕ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਜੰਗਲਾਂ ਦੇ ਵਿੱਚ ਲੋਕ 20 ਰੁਪਏ ਪੀਂਦੇ ਆ ਜਾਂ ਕੋਈ ਸ਼ਰਾਬ ਪੀ ਕੇ ਬੋਤਲ ਛੱਡਦੀ ਕਿਸੇ ਨੇ ਚਿਪਸਾਂ ਦਾ ਪੈਕਟ ਖੋਲ੍ਹਿਆ ਚਿਪਸਾਂ ਦਾ ਪੈਕਟ ਖੋਲ੍ਹ ਕੇ ਚਿਪਸ ਖਾ ਕੇ ਛੱਡ ਦਿੱਤੇ ਅਸੀਂ ਉਹ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ ਜਦੋਂ ਸਾਨੂੰ ਉੱਥੇ ਦੀ ਨੈਸ਼ਨਲ ਅਖਬਾਰ ਨੇ ਸਾਡੀ ਹਾਈਲਾਈਟ ਕੀਤਾ ਸਾਨੂੰ ਦੱਸਿਆ ਫਿਰ ਉਹ ਲੋਕਾਂ ਤੱਕ ਪਹੁੰਚੀ ਲੋਕ ਸਾਡੇ ਨਾਲ ਹੋਰ ਜੁੜੇ ਲੋਕਾਂ ਨੂੰ ਪਤਾ ਲੱਗਾ ਕਿ ਵਾਕੇ ਹੀ ਇਹ ਸੇਵਾ ਭਾਵਨਾ ਆ ਤੇ ਇਦਾਂ ਜੀ ਬਾਕੀ ਕਿੰਨੇ ਕੋ ਬੰਦੇ ਹੁਣ ਜੁੜ ਗਏ ਆ ਤੁਹਾਡੇ ਨਾਲ ਟੀਮ ਸਾਡੇ ਨਾਲ ਟੀਮ ਦੇ ਵਿੱਚ ਜੁੜ ਚੁੱਕਿਆ 60 ਪੰਡ ਬੰਦੇ ਹਰ ਰੋਜ਼ ਜਾਂਦੇ ਉਹ ਜਗ ਦਿਨ ਬੰਨਿਆ ਹੋਇਆ ਹੈ ਇਹ ਜੀ ਦੇਖੀਦਾ ਇਹ ਨਾਰਮਲ 15 20 ਦਿਨ ਹੁੰਦੇ ਆ 15 20 ਦਿਨਾਂ ਬਾਅਦ ਜਿਹੜਾ ਐਤਵਾਰ ਆਉਂਦਾ ਆ ਤੇ ਨਹੀਂ ਤੇ ਜਿੱਦਣ ਜਾਦੀ ਬਾਰਿਸ਼ ਹੋਵੇ ਜਾਦੀ ਬਾਰਿਸ਼ ਹੋਣ ਕਰਕੇ ਜਿਹੜਾ ਸਮੁੰਦਰ ਦੇ ਵਿੱਚ ਇੱਕ ਚੜ੍ਹਾ ਆਉਂਦਾ ਆ ਪਾਣੀ ਦਾ ਜਦੋਂ ਪਾਣੀ ਦਾ ਆਉਂਦਾ ਆ ਜੀ ਜਿਹੜਾ ਸਮੁੰਦਰ ਦੇ ਵਿੱਚ ਜਿਹੜੀ ਪਲਾਸਟਿਕ ਆ ਜਾਂ ਕਚਰਾ ਆ ਉਹ ਜਿਹੜਾ ਕਚਰਾ ਆ ਉਹ ਸਮੁੰਦਰ ਜਿਹੜਾ ਬਾਹਰ ਕੱਢ ਕੇ ਮਾਰਦਾ ਤੇ ਫਿਰ ਉਹਨਾਂ ਨੂੰ ਚੁਗਣ ਵਾਸਤੇ ਸਾਂ ਹੀ ਜਾਈਦਾ ਵਾ ਜਿਹੜਾ ਮੋਟਾ ਕਚਰਾ ਆ ਉਹ ਤੇ ਮਸ਼ੀਨਾਂ ਚੁਗ ਲੈਂਦੀਆਂ ਜਿਹੜਾ ਝੋਟਾ ਝੋਟਾ ਟੱਕਣ ਛੋਟਾ ਚੀਜ਼ ਰਹਿ ਗਈ ਆ ਉਹਨਾਂ ਨੂੰ ਅਸੀਂ ਆਪਣੇ ਹੱਥਾਂ ਨਾਲ ਉਤੋਂ ਚੁਗਣਾ ਆ ਬਹੁਤ ਵਧੀਆ ਕੰਮ ਹੈ ਬਹੁਤ ਅੱਛੀ ਗੱਲ ਹੈ ਪਰ ਇਹ 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 ਸ਼ੁਰੂਆਤ ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਵੀ ਹੋਣੀ ਚਾਹੀਦੀ ਆ ਬਹੁਤ ਲੋੜ ਹੈ ਅੱਜ ਪਲਾਸਟਿਕ ਦੀ ਆਪਾਂ ਕਹੀ ਜਾਂਦੇ ਆ ਪਰ ਇਹ ਸ਼ੁਰੂਆਤ ਇੱਥੋਂ ਵੀ ਹੋਣੀ ਚਾਹੀਦੀ ਹਾਂਜੀ ਬਿਲਕੁਲ ਮੈਂ ਇੱਕ ਛੋਟੀ ਜੀ ਗੱਲ ਕਹਿ ਦੇਣਾ ਚਾਹੁੰਦਾ ਆ ਇੱਥੇ ਬਹੁਤ ਸਾਰੇ ਵੀਰ ਸੇਵਾ ਕਰਦੇ ਇਹੋ ਜੀ ਮੈਂ ਦੇਖਿਆ। ਹੂੰ। ਕੋਸ਼ ਸਾਡੇ ਲੋਕ ਇਹ ਕਹਿੰਦੇ ਕਹਿ ਦਿੰਦੇ ਆ ਕਿ ਇਹ ਦਿਖਾਵਾ ਕਰਦੇ ਆ। ਹੂੰ। ਇਹ ਇੱਕ ਚੰਗੀ ਸੋਚ ਹੋਣਾ ਇਹ ਦਿਖਾਵਾ ਨਹੀਂ ਆ। ਹੂੰ। ਸਭ ਤੋਂ ਪਹਿਲਾਂ ਜੇ ਕਿਸੇ ਦੀ ਸੋਚ ਚੰਗੀ ਆ ਕੁਝ ਕਰਨਾ ਚਾਹੁੰਦਾ ਆ ਉਹ ਦਿਖਾਵਾ ਨਹੀਂ। ਜਿਵੇਂ ਕਿ ਮੇਰੇ ਘਰ ਦੇ ਥੱਲੇ ਉਥੇ ਬਾਹਰ ਰੋਜ ਲੋਕੀ ਰੋਜ਼ਾਨਾ ਕੂੜਾ ਛੱਡਦੇ ਆ ਉਹ ਕੂੜਾ ਕੂੜਾ ਜਿਹੜਾ ਵਾ ਉਹ ਇੱਕ ਥਰੋ ਕਰਦੇ ਆ ਤੇ ਉਹ ਕਈ ਵਾਰੀ ਉਹ ਕੂੜਾ ਬਾਹਰ ਛੱਡ ਦਿੰਦੇ ਆ ਕਈ ਇਹੋ ਜਿਹੇ ਗੋਰੇ ਗੋਰੇ ਵੀ ਹੈਗੇ ਆ ਜਿਹੜੇ ਨਾ ਇੱਕ ਪੋਲੀਥੀਨ ਬਰਤਨ ਦਾ ਕਰਕੇ ਉਸੇ ਕੂੜਾ ਬਾਹਰ ਢੇਰੀ ਕਰ ਜਾਂਦੇ ਆ ਉੱਥੇ ਵੀ ਲੋਕ ਹੈ ਹਨਾ ਮੇਰਾ ਰੋਜ਼ ਦਾ ਕੀ ਹੁੰਦਾ ਸੀਗਾ ਕਿ ਮੈਂ ਜਦੋਂ ਆਪਣੇ ਬੱਚੇ ਨੂੰ ਸਕੂਲ ਛੱਡਣ ਜਾਣਾ ਜਾਂ ਘੁੰਮਣ ਜਾਣਾ ਬਾਹਰ ਨੂੰ ਤੇ ਮੈਂ ਜਿੱਥੋਂ ਉੱਥੇ ਕੂੜਾ ਦੇਖਣਾ ਮੈਂ ਉਹ ਕੂੜੇ ਨੂੰ ਵਿੱਚ ਪਾਉਣਾ ਸ਼ੁਰੂ ਕਰ ਦੇਣਾ ਤੇ ਮੈਨੂੰ ਬਹੁਤ ਸਾਰੇ ਲੋਕ ਦੇਖਣੇ ਪਹਿਲਾਂ 2-4 ਦਿਨ ਦੇਖਦੇ ਫੇਰ ਮੈਨੂੰ ਕਹਿਣਾ ਸ਼ੁਰੂ ਕੀਤਾ ਕਿ ਦਿਖਾਵਾ ਕਰਦਾ ਮੈਂ ਕੋਈ ਨਹੀਂ ਮੈਂ ਆਪਣੀ ਰੁਟੀਨ 'ਚ ਲੱਗਾ ਰਿਹਾ ਲੋਕ ਸਪਾਰਕ ਸੈਰ ਕਰਨ ਜਾਂਦੇ ਆ ਮੈਂ ਕੂੜਾ ਵਿੱਚ ਪਾਉਣ ਜਾਂਦਾ ਸੀ ਬਹੁਤ ਸਾਰੇ ਲੋਕ ਮੈਨੂੰ ਦੇਖਦੇ ਰਹੇ ਪਰ ਅੱਜ ਉਹੀ ਲੋਕ ਅੱਜ ਉੱਥੇ ਕੂੜਾ ਬਾਹਰ ਕੋਈ ਨਹੀਂ ਸੈੱਡਦਾ ਹੈਗਾ ਉਹ ਜਿਹੜੇ ਉੱਥੇ ਬਾਹਰ ਕੂੜੇ ਦੇ ਲਫਾਫੇ ਰੱਖ ਜਾਂਦੇ ਸੀ ਉਹ ਅੱਜ ਸ਼ਰਮੋ ਸ਼ਰਮੀ ਅੰਦਰ ਪਾ ਕੇ ਜਾਂਦੇ ਆ ਮੈਂ ਜਦੋਂ ਸਵੇਰੇ ਜਾਂਦਾ ਆ ਤੇ ਉੱਥੇ ਮੈਨੂੰ ਕੋਈ ਵੀ ਇੱਕ ਵੀ ਲਫਾਫਾ ਨਹੀਂ ਮਿਲਦਾ ਤੇ ਮੈਂ ਉਹਨਾਂ 'ਕੇ ਇਹੀ ਬੇਨਤੀ ਕੀਤੀ ਸੀ ਮੈਂ ਕਿਹਾ ਮੈਂ ਉਦੋਂ ਇਥੇ ਸਮਝੂਗਾ ਕਿ ਖੁਸ਼ ਨਸੀਬ ਜਾਂ ਕਹੂੰਗਾ ਵੀ ਕਿ ਵਾਕੇ ਕੰਮ ਕੀਤੇ ਦਾ ਫਲ ਪਰਮਾਤਮਾ ਨੇ ਦਿੱਤਾ ਜਿੱਦਣ ਨਹੀਂ ਹੋਊਗਾ ਤੇ ਹੁਣ ਜਦੋਂ ਜਾਈਦਾ ਤਾਂ ਕਿਤੇ ਬਹੁਤ ਘੱਟ ਵਾਰੀ ਤੁਹਾਨੂੰ ਲਫਾਫਾ ਉੱਤੇ ਬਾਹਰ ਮਿਲਦਾ ਨਹੀਂ ਤੇ ਲੋਕੀ ਬੰਨ ਦੇ ਵਿੱਚ ਹੀ ਪਾ ਕੇ ਜਾਂਦੇ ਆ ਵਾਹ ਤੇ ਅਮਰੀਕੀ ਇੱਕ ਹੋਰ ਬਹੁਤ ਵਧੀਆ ਕਾਰਜ ਕਰ ਰਹੇ ਨੇ ਉਹ ਹੈ ਨਿਆਸਰਿਆਂ ਦੇ ਲਈ ਸਮਾਨ ਦੇਣਾ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਣਾ ਆਪਾਂ ਆਮ ਤੌਰ ਤੇ ਕਹਿੰਦੇ ਆ ਵੀ ਯਾਰ ਕੈਮਰੇ ਦੇ ਉੱਤੇ ਲੋਕ ਦੱਸਣ ਲੱਗ ਜਾਂਦੇ ਆ ਪਰ ਜੇ ਨਹੀਂ ਦੱਸਾਂਗੇ ਹੁਣ ਮੈਂ ਕਈ ਵੀਡੀਓ ਬਣਾਉਣੀਆਂ ਹੁੰਦੀਆਂ ਮੈਨੂੰ ਪਤਾ ਮੈਂ ਇਹ ਨਾ ਕਿ ਉਹ ਵੀ ਜਗਦੀਪ ਸਿੰਘ ਸਹਲੀ ਆਪਣੀ ਪ੍ਰਸ਼ੰਸਾ ਕਰਦਾ ਜਾਂ ਕੋਈ ਮੇਰੇ ਕੋਲ ਤਾਂ ਰੁਪਈਆ ਨਹੀਂ ਹੈਗਾ ਜਿੰਨਾ ਮੈਂ ਦਿੰਨਾ ਮੇਰੇ ਕੋਲ ਇੱਕ ਸਾਧਨ ਹੈਗਾ ਸਾਡੇ ਕੋਲ ਪੰਜਾਬੀ ਲੋਕ ਚੈਨਲ ਉਹਦੇ ਜ਼ਰੀਏ ਜੇ ਅਸੀਂ ਕੋਈ ਸੰਚਾਰ ਦਾ ਸਾਧਨ ਹੈਗਾ ਸਾਡੇ ਕੋਲ ਜੇ ਕਿਸੇ ਦੀ ਹੈਲਪ ਕਰਵਾ ਦਈਏ ਕਿਉਂਕਿ ਅਸੀਂ 1 ਰੁਪਈਆ ਨਹੀਂ ਅਸੀਂ ਕਿਸੇ ਦੇ ਉੱਤੇ ਖਰਚਦੇ ਇਹ ਨਾ ਸਮਝੋ ਵੀ ਅਸੀਂ ਬਹੁਤ ਪੈਸੇ ਕਿਸੇ ਨੂੰ ਦੇ ਰਹੇ ਆਂ ਜਾਂ ਦਾਨ ਕਰ ਰਹੇ ਆਂ ਤੇ ਤੁਸੀਂ ਦੇਖਿਆ ਅਸੀਂ ਸਿਰਫ ਵੀਡੀਓ ਬਣਾ ਦਿੰਦੇ ਆ ਤੇ ਉਹਦੇ ਵਿੱਚ ਵੀ ਹੋ ਸਕਦਾ ਹੈ ਕਿ ਸਾਡਾ ਇੱਕ ਹੰਕਾਰ ਹੋ ਸਕਦਾ ਹੈ ਅਸੀਂ ਪਰ ਪ੍ਰਮਾਤਮਾ ਨੂੰ ਕਹਿੰਦੇ ਆ ਵੀ ਜੇ ਇਸ ਤਰ੍ਹਾਂ ਦੇ ਹੰਕਾਰ ਦੇ ਨਾਲ ਕਿਸੇ ਦੀ ਮਦਦ ਹੁੰਦੀ ਹੈ ਤਾਂ ਇਹ ਹੰਕਾਰ ਹੋਣਾ ਚਾਹੀਦਾ ਪਰ ਜੇ ਇਹ ਗਲਤ ਹੈ ਤਾਂ ਮਾਲਕ ਆਪ ਬਖਸ਼ਿਸ਼ ਕਰੇ ਇਸ ਤਰ੍ਹਾਂ ਅਮਰੀਕ ਸਿੰਘ ਸਪੈਨ ਹੋਰੀ ਵੀ ਬਹੁਤ ਵਧੀਆ ਕਾਰਜ ਕਰਦੇ ਨੇ ਬਹੁਤ ਪੈਸਾ ਜਿਹੜਾ ਹੈਗਾ ਇਹ ਫੋਰਨ ਤੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਭੇਜਦੇ ਰਹਿੰਦੇ ਨੇ ਤੇ ਹੁਣ ਵੀ ਸੇਵਾਵਾਂ ਜਿਹੜੀਆਂ ਵਕ ਵਕ ਥਾਵਾਂ ਦੇ ਉੱਤੇ ਚੱਲ ਰਹੀਆਂ ਨੇ ਕਿੱਥੇ ਕਿੱਥੇ ਕੀ ਕੀ ਸੇਵਾ ਜਿਹੜੀ ਹੁਣ ਚੱਲ ਰਹੀ ਹੈ ਜੀ ਅ ਪਹਿਲ ਸਭ ਤੋਂ ਪਹਿਲਾਂ ਇਹ ਗੁਰੂ ਦੀ ਕਿਰਪਾ ਆ ਜੀ ਹੂੰ ਗੁਰੂ ਦੀ ਕਿਰਪਾ ਮਨ ਦੇ ਵਿੱਚ ਇੱਕ ਇਹੋ ਜਿਹਾ ਅਠਰਾ ਜਿਹੜਾ ਆਉਂਦਾ ਹੈ ਨਾ ਸੇਵਾ ਕਰਨ ਦਾ ਜੋ ਆਨੰਦ ਆਉਂਦਾ ਆ ਉਹ ਸਭ ਤੋਂ ਪਹਿਲਾਂ ਉਹ ਆਨੰਦ ਜਿਹੜਾ ਵਾ ਉਹਨੂੰ ਮਹਿਸੂਸ ਕਰਨਾ ਪੈਂਦਾ ਆ ਹੂੰ ਕਿਉਂਕਿ ਸੇਵਾ ਕਰਨੀ ਨਹੀਂ ਆ ਤੁਸੀਂ ਰਾਸ਼ਨ ਲੈ ਕੇ ਕਿਸੇ ਨੂੰ ਦੇ ਦੇਣੀ ਆ ਨਾ ਉਹ ਸੇਵਾ ਨਹੀਂ ਆ ਜਿਹੜਾ ਤੁਹਾਡੇ ਮਨ ਨੂੰ ਆਨੰਦ ਹੋਣਾ ਚਾਹੀਦਾ ਉਹ ਹੋਣਾ ਜ਼ਰੂਰੀ ਆ ਤੇ ਜਦੋਂ ਤੁਹਾਨੂੰ ਆਨੰਦ ਹੋਣਾ ਸ਼ੁਰੂ ਹੋ ਜਾਂਦਾ ਤਾਂ ਫਿਰ ਆਟੋਮੈਟਿਕਲੀ ਸਾਰਾ ਕੁਝ ਹੀ ਹੋਣਾ ਸ਼ੁਰੂ ਹੋ ਜਾਂਦਾ ਵਾ ਤੇ ਦੂਸਰੀ ਗੱਲ ਸੇਵਾਵਾਂ ਵਾ ਵਾਹਿਗੁਰੂ ਜਿੱਥੇ ਕਿਰਪਾ ਕਰੇ ਜਿੱਥੇ ਉਹ ਆਪਣੇ ਆਪ ਹੀ ਲੈ ਲੈਂਦਾ ਆਪਣੇ ਆਪ ਜਰੀਆ ਬਣਾ ਦਿੰਦਾ ਕੁਝ 10-12 ਪਰਿਵਾਰ ਆ ਜਿਹੜੇ ਇਸ ਏਰੀਏ ਦੇ ਵਿੱਚ ਆ ਕੁਝ 10-12 ਪਰਿਵਾਰ ਆ ਕੁਝ ਉਧਰ ਆ ਪਟਿਆਲੇ ਵਾਲੇ ਏਰੀਏ 'ਚ ਵੀ ਇੱਕ ਦੋ ਪਰਿਵਾਰ ਹੈਗੇ ਆ ਹੋਰ ਵੀ ਜਿਹੜਾ ਵੀ ਕੋਈ ਵੀਰ ਸੇਵਾ ਜਿੱਥੇ ਪ੍ਰਮਾਤਮਾ ਮੌਕਾ ਦਿੰਦਾ ਤਾਂ ਉੱਥੇ ਕਰ ਲਈਦੀ ਆ ਜੀ ਬਸ ਇੰਨੀ ਕੀ ਆ ਕਿ ਬਾਕੀ ਇਹ ਹੀ ਆ ਕਿ ਮੈਂ ਹੋਰ ਵੀ ਕਹੂੰਗਾ ਕਿ ਮਨ ਦੇ ਵਿੱਚ ਜਦੋਂ ਕੋਈ ਖਿਆਲ ਆਉਂਦਾ ਨਾ ਕਿਸੇ ਦੇ ਕਿ ਮੈਨੂੰ ਇੱਥੇ ਸੇਵਾ ਕਰ ਲੈਣੀ ਚਾਹੀਦੀ ਸੀ ਹੂੰ ਉਹ ਸੀ ਨਹੀਂ ਲੱਗਣੀ ਚਾਹੀਦੀ ਕਰ ਦੇਣੀ ਸੀ ਕਰ ਦਿਓ ਕਰ ਲਿਓ ਕਰ ਦਿਓ ਕਿਉਂਕਿ ਸੀ ਜਦੋਂ ਲੱਗਦੀ ਆ ਮੈਂ ਸੀ ਜਿਹੜੀ ਲੱਗਦੀ ਆ ਨਾ ਸੀ ਬਾਅਦ ਵਿੱਚ ਉਹ ਨਾ ਲਾਇਆ ਕਰੋ ਹੂੰ ਕਰ ਦਿਓ ਬਸ ਮਨ ਤੁਹਾਡਾ ਮਨ ਲੋਕ ਕਹਿੰਦੇ ਕਈ ਜਣ ਜਮਾਤੀ ਸੰਤੁਸ਼ਟੀ ਤੁਹਾਡੇ ਮਨ ਨੂੰ ਆਣੀ ਚਾਹੀਦੀ ਆ ਬਿਲਕੁਲ ਕਿਉਂਕਿ ਲੋਕ ਹਰ ਪਾਸੇ ਨੂੰ ਕਹਿੰਦੇ ਆ ਜੇ ਜਿਵੇਂ ਹੁਣ ਆਪਾਂ ਹੜਾਂ ਦੀ ਉਹ ਗੱਲ ਕਰ ਲਈਏ ਹੜਾਂ ਦੇ ਵਿੱਚ ਲੋਕਾਂ ਨੇ ਜੀ ਇਹ ਸਾਰੇ ਦਿਖਾਵਾ ਕਰਦੇ ਨੇ ਫੋਟੋਆਂ ਪਾ ਰਹੇ ਨੇ ਉੱਥੇ ਫੋਟੋਆਂ ਖਿਚਾਈ ਜਾ ਰਹੀ ਨੇ ਪਰ ਇੱਕ ਗੱਲ ਦੱਸਿਓ ਜੇ ਫੋਟੋਆਂ ਖਿਚਾ ਰਹੇ ਨੇ ਤਾਂ ਪਤਾ ਲੱਗ ਰਿਹਾ ਵੀ ਸੇਵਾ ਹੋ ਰਹੀ ਏ ਪੰਜਾਬ ਦੇ ਵਿੱਚ ਪਰ ਜੇਕਰ ਫੋਟੋ ਕੋਈ ਵੀ ਨਾ ਖਿਚਾਉਂਦਾ ਆਪੋ ਆਪਣੀ ਸੇਵਾ ਕਰੀ ਜਾਂਦਾ ਫੇ ਕਿਵੇਂ ਪਤਾ ਲੱਗਣਾ ਸੀ ਵੀ ਸਿੱਖ ਕੌਮ ਸੇਵਾ ਭਾਵਨਾ ਵੀ ਰੱਖਦੀ ਹੈ ਦੂਜਿਆਂ ਲੋਕਾਂ ਨੂੰ ਦੂਜੇ ਪ੍ਰਾਂਤਾਂ ਦੇ ਵਿੱਚ ਦੂਜੇ ਰਾਜਾਂ ਦੇ ਵਿੱਚ ਕਿਵੇਂ ਪਤਾ ਲੱਗਦਾ ਵੀ ਸਿੱਖ ਸਿੱਖਾਂ ਦੀ ਵੀ ਮਦਦ ਕਰ ਲੈਂਦੇ ਆ ਸਿੱਖ ਸਿਰਫ ਪੰਜਾਬ ਤੋਂ ਬਾਹਰ ਹੀ ਜਾ ਕੇ ਨਹੀਂ ਇਹ ਕੰਮ ਕਰਦੇ ਸਿੱਖ ਆਪਣੇ ਭਾਈਆਂ ਦੇ ਨਾਲ ਵੀ ਖੜੇ ਆ ਕਈ ਵਾਰ ਇਹ ਹੁੰਦਾ ਵੀ ਆ ਭਾਈ ਦੇ ਨਾਲ ਬੰਦਾ ਭਾਈ ਨੂੰ ਪੁੱਛਦਾ ਨਹੀਂ ਆ ਬਾਹਰ ਦਿਖਾਵਾ ਕਰਦਾ ਉਹ ਗਲਤ ਹੈ ਪਰ ਇਹ ਮੈਸੇਜ ਇਹ ਸੀਗਾ ਵੀ ਜੇ ਸਿੱਖ ਬਾਹਰਲੇ ਰਾਜਾਂ ਦੇ ਵਿੱਚ ਜਾ ਕੇ ਸੇਵਾ ਕਰ ਸਕਦੇ ਆ ਤਾਂ ਜੇ ਅੱਜ ਸਾਡੇ ਭਰਾਵਾਂ ਦੇ ਉੱਤੇ ਆਪਣੀ ਕੌਮ ਦੇ ਉੱਤੇ ਸਾਡੇ ਨੁਕਸਾਨ ਹੋਇਆ ਤਾਂ ਅਸੀਂ ਡਾਟ ਕੇ ਖੜਨ ਨੂੰ ਤਿਆਰ ਬਿਲਕੁਲ ਬਿਲਕੁਲ ਇਹ ਗੱਲ 100% ਵੀ ਗਈ 1000% ਬਿਲਕੁਲ ਸਹੀ ਆ ਅਸੀਂ ਇੱਕ ਇਸ ਕੌਮ ਦੇ ਵਿੱਚੋਂ ਆ ਉਸ ਉਹਦੇ ਵਾਰਸ ਆ ਕਿ ਅਸੀਂ ਕਿਤੇ ਵੀ ਦੁਨੀਆ ਦੇ ਵਿੱਚ ਸਾਡੇ ਸਾਹਮਣੇ ਕੋਈ ਵੀ ਇਹੋ ਜਿਹਾ ਆਉਂਦਾ ਆ ਤਾਂ ਅਸੀਂ ਵੱਧ ਕੇ ਅੱਗੇ ਚੜ ਕੇ ਮੂਰੇ ਹੋ ਕੇ ਸਾਥ ਦਿੰਦੇ ਆ ਕੋਈ ਦਸਾਂ ਵਿੱਚੋਂ ਪੰਜ ਬੰਦੇ ਇਹੋ ਜਿਹੇ ਹੁੰਦੇ ਹੀ ਹੁੰਦੇ ਆ ਕਿ ਜਿਨ੍ਹਾਂ ਦੇ ਅੰਦਰੂਨੀ ਜਿਹੜਾ ਪ੍ਰਕਾਸ਼ ਜਰੂਰ ਹੁੰਦਾ ਆ ਕਿ ਉਹ ਬੰਦੇ ਨੂੰ ਦੂਸਰੇ ਨੂੰ ਪੜਦੇ ਆ ਬਸ ਬਿਲਕੁਲ ਤੇ ਅਮਰੀਕੀ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਉਹਨਾਂ ਲੋਕਾਂ ਦੇ ਲਈ ਇਹ ਵੀਡੀਓ ਬਣਾ ਰਹੇ ਆ ਜਿਨ੍ਹਾਂ ਨੇ ਕੋਈ ਸਮਾਜ ਦੇ ਲਈ ਕੁਝ ਕਰਨਾ ਹੈ ਜਾਂ ਫਿਰ ਕੁਝ ਸਿੱਖਿਆ ਲੈ ਸਕਦੇ ਆ ਨੌਲੇਜ ਲੈ ਸਕਦੇ ਤੁਸੀਂ ਬਹੁਤ ਦੇਰ ਤੋਂ ਬਾਹਰ ਰਹਿ ਰਹੇ ਹੋ ਹਾਂਜੀ ਨੌਜਵਾਨ ਇਥੇ ਨਸ਼ੇ ਕਰਦੇ ਨੇ ਜੀ ਗੁਲਤਾਨ ਹੋ ਰਹੀ ਨੇ ਸਾਰੇ ਨਹੀਂ ਚਲੋ ਕਿਤਨੇ ਕਿਤੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਸਾਡਾ ਸਮਾਜ ਗੰਦਲਾ ਹੋ ਗਿਆ ਅਸੀਂ ਖੁਦ ਜ਼ਿੰਮੇਵਾਰ ਆ ਕਿ ਅਸੀਂ ਆਪਣੇ ਸਮਾਜ ਨੂੰ ਅਜਿਹਾ ਬਣਾ ਲਿਆ ਬੱਚੇ ਮਾਪੇ ਦੋ ਪੈੜੀ ਹੁੰਦੀ ਐ ਉਹ ਸਾਰੇ ਵੇਚ ਦਿੰਦੇ ਆ ਜਿਹੜਾ ਬੱਚਾ ਨਸ਼ੇ ਕਰਦਾ ਉਹਨੂੰ ਸ਼ਾਇਦ ਇਹ ਸਮਝ ਕੇ ਭੇਜ ਦਿੰਦੇ ਆ ਬਾਹਰ ਵੀ ਚੱਲ ਘੱਟੋ ਘੱਟ ਹੁਣ ਬਾਹਰ ਜਾ ਕੇ ਨਸ਼ੇ ਤਾਂ ਨਹੀਂ ਕਰੂਗਾ ਕਿ ਬਾਹਰ ਜਿਹੜੇ ਨੌਜਵਾਨ ਜਾਂਦੇ ਆ ਜਾਂ ਤੁਸੀਂ ਵੀ ਦੇਖਦੇ ਹੋ ਤੁਸੀਂ ਪਰਿਵਾਰਾਂ ਨੂੰ ਵੀ ਨੌਜਵਾਨਾਂ ਨੂੰ ਪਰਿਵਾਰਾਂ ਨਾਲ ਮਲਾਉਂਦੇ ਰਹਿੰਦੇ ਹੋ ਸੱਚਮੁੱਚ ਜਿਹੜੇ ਇੱਥੋਂ ਨਸ਼ਾ ਕਰਦੇ ਨੇ ਤੇ ਉਹਨਾਂ ਨੂੰ ਵਿਦੇਸ਼ ਭੇਜਦੇ ਨੇ ਉਹ ਬਾਹਰ ਜਾ ਕੇ ਨਸ਼ਾ ਨਹੀਂ ਕਰਦੇ। ਅਮ ਇਹ ਜੀ ਇੱਕ ਉਸ ਤੁਸੀਂ ਇੱਕ ਸੱਚ ਦੀ ਗੱਲ ਪੁੱਛੀ ਆ। ਹੂੰ ਜਿਹਦੇ ਤੋਂ ਅਸੀਂ ਪੰਜਾਬੀ ਜਿਹੜੇ ਆ ਭੱਜਦੇ ਜਾ ਰਹੇ ਆ। ਹੂੰ ਇੱਕ ਉਹ ਸੱਚੇ ਕੋੜਾ ਇਹ ਜ਼ਹਿਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਖੋਲਿਆ ਜਾ ਰਿਹਾ ਆਇਆ ਖੁੱਲ ਚੁੱਕਾ ਆ ਹਮ ਇੱਕ ਐਸੀ ਸ਼ਾਨੂ ਸ਼ੌਕਤ ਦੀ ਜਿਹੜੀ ਜ਼ਿੰਦਗੀ ਜੀਣਾ ਚਾਹੁੰਦੇ ਆ ਪੰਜਾਬੀ ਹਮ ਉਹਦਾ ਕਰਕੇ ਵੀ ਕੁਛ ਅਸੀਂ ਮਰਦੇ ਜਾ ਰਹੇ ਆ ਹਮ ਦੇਖੋ ਸਭ ਤੋਂ ਪਹਿਲਾਂ ਇਹੋ ਜਿਹੇ ਕੇਸ ਮੇਰੇ ਸਾਹਮਣੇ ਆਉਂਦੇ ਆ ਘਰ ਬੜੇ ਤਕੜੇ ਇਥੋਂ ਪੁੱਤ ਨਸ਼ੇ ਕਰਦੇ ਆ ਹਮ ਪੁੱਤ ਨਸ਼ੇ ਕਰਦੇ ਆ ਤੇ ਮਾਪੇ ਸੋਚਦੇ ਆ ਕਿ ਅਸੀਂ 13-14 ਲੱਖ ਰੁਪਈਆ ਲਾਈਏ ਪੁੱਤ ਨੂੰ ਬਾਹਰ ਭੇਜ ਦਈਏ ਜਿਹੜਾ ਪੁੱਤ ਮਾਪਿਆਂ ਦੇ ਸਾਹਮਣੇ ਨਸ਼ੇ ਕਰਦਾ ਆ ਤੇ ਜਦੋਂ ਮਾਪਿਆਂ ਦੀ ਗੈਰ ਹਾਜ਼ਰੀ ਹੋਊਗੀ ਉਹ ਕੀ ਕਰੂਗਾ ਕੀ ਕਰੂਗਾ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਚਲੋ ਜਿੱਥੇ ਤੇ ਕੋਈ ਫੈਮਿਲੀ ਪਰਿਵਾਰ ਮੂਰੇ ਸਪੋਰਟ ਕਰਨ ਵਾਲਾ ਹੈਗਾ ਆ ਉਹ 2-4 ਦਿਨ 10 ਦਿਨ ਮਹੀਨਾ ਸੰਭਦਾ ਆ ਸਮਝਾਉਂਦਾ ਆ ਜਿਹੜਾ ਬੱਚਾ ਨਹੀਂ ਸਮਝਣ ਵਾਲਾ ਉਹਨੂੰ ਫੇਰ ਛੱਡ ਦਿੰਦੇ ਆ ਫੇਰ ਅਸੀਂ ਕਸੂਰਬਾਰ ਕਹਿੰਨੇ ਆ ਵੀ ਬਾਹਰ ਜਿਹੜੇ ਸਾਡੇ ਰਿਸ਼ਤੇਦਾਰ ਆ ਉਹ ਕਸੂਰਬਾਰ ਆ ਉਹਨੇ ਸਾਡਾ ਪੁੱਤ ਨਹੀਂ ਸੰਭਿਆ ਕਿਹੜਾ ਬੰਦਾ ਆਪਣੇ ਘਰ ਦੇ ਵਿੱਚ ਕਲੇਸ਼ ਪਾ ਕੇ ਰਾਜੀ ਆ ਮਾਂ ਨੇ ਤਾਂ ਦੁਖੀ ਹੋ ਕੇ ਪੁੱਤ ਪਿਤਾ ਨੇ ਦੁਖੀ ਹੋ ਕੇ ਪੁੱਤਰ ਨੂੰ ਵਿਦੇਸ਼ ਭੱਲਿਆ ਸੀ ਜਦੋਂ ਮਾਤਾ ਪਿਤਾ ਨੇ ਇੱਥੇ ਸੰਭਿਆ ਨਹੀਂ ਏ ਵਿਦੇਸ਼ ਭੇਜ ਤਾਂ ਫਿਰ ਵਿਦੇਸ਼ ਵਾਲਾ ਕਿਵੇਂ ਸੰਭੂਗਾ ਬਿਲਕੁਲ ਇਹੀ ਗੱਲ ਆ ਜੀ ਤੇ ਬਾਕੀ ਉੱਥੇ ਜਦੋਂ ਸੜਕਾਂ ਤੇ ਰੁਲਦੇ ਆ ਨਾ ਮੈਂ ਇਹੋ ਜਿਹੇ ਹਾਲਾਤ ਮੁੰਡਿਆਂ ਦੇ ਦੇਖਿਆ ਜਿਨ੍ਹਾਂ ਦੇ ਪਿਸ਼ਾਬ ਟੋਲਟ ਵੀ ਵਿੱਚ ਕਰਦੇ ਆ ਪਛਾਵ ਟੋਲ ਤੇ ਵੀ ਵਿੱਚ ਕਰਦੇ ਆ ਇਹੋ ਜਿਹੇ ਹਾਲਾਤ ਦੇਖਿਆ ਪੁਲਾਂ ਦੇ ਥੱਲੇ ਸੁੱਤੇ ਦੇਖਿਆ ਕਈ ਇਹੋ ਜਿਹੇ ਵੀਰਿਆ ਜਿਹੜੇ 5-5 10-10 ਸਾਲ ਤੋਂ ਫੋਨ ਹੀ ਨਹੀਂ ਕਰਦੇ ਕਈ ਇਹੋ ਜਿਹੇ ਵੀਰਿਆ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਹੁਣ ਉੱਥੇ ਨਸ਼ਾ ਮਿਲ ਜੇ ਬਸ ਠੀਕ ਆ ਆ ਥੋੜੇ ਦਿਨ ਪਹਿਲਾਂ ਇੱਕ ਮੈਂ ਵੀਰ 200 250 ਕਿਲੋਮੀਟਰ ਪਰ ਹੌਰ ਜਿਹੜੀ ਹਵਾ ਹਵਾ ਵਗ ਰਹੀ ਸੀ ਹੂੰ ਠੰਡ ਹੋ ਗਈ ਰਾਤ ਦਾ ਟਾਈਮ ਸੀ ਬੈਂਚ ਤੇ ਪਿਆ ਸੀ ਹੂੰ ਤੇ ਅਸੀਂ ਜਾ ਕੇ ਉਸ ਬੰਦੇ ਨੂੰ ਕਿਹਾ ਵੀ ਘਰ ਨੂੰ ਚੱਲ ਸਾਡੇ ਨਾਲ ਚੱਲ ਅਸੀਂ ਤੈਨੂੰ ਸਾਂਭਦੇ ਆ ਨਵਾਉਨੇ ਆ ਕੱਪੜੇ ਪਾਉਨੇ ਆ ਨਹੀਂ ਮੰਨਿਆ ਨਹੀਂ ਉਹਨੇ ਇੰਨਾ ਨਸ਼ਾ ਕੀਤਾ ਹੋਇਆ ਸੀਗਾ ਦੂਜੀ ਗੱਲੋਂ ਅਸੀਂ ਇਹ ਗੱਲ ਡਰਦੇ ਆ ਕਿ ਉਹਨੂੰ ਜੇ ਚੱਕ ਕੇ ਘਰੇ ਲਿਆਉਨੇ ਆ ਰੱਬ ਨਾ ਕਰੇ ਉਹਨੂੰ ਕੁਝ ਹੋ ਜਾਂਦਾ ਕਰੇ ਹੂੰ ਅੱਗੇ ਵੀ ਇੱਕ ਮੁੰਡੇ ਦੀ ਡੈਥ ਹੋਈ ਆ ਉਥੇ ਇਸੇ ਕਾਰਨ ਜੇ ਉਹਨੂੰ ਘਰੇ ਲਿਆਉਨੇ ਆ ਤਾਂ ਫੇਰ ਤੁਹਾਨੂੰ ਵੀ ਪ੍ਰੋਬਲਮ ਚ ਪੈਣੇ ਆ ਤੇ ਜਦੋਂ ਅਸੀਂ ਉਹਦੀ ਹੁਣ ਵੀਡੀਓ ਬਣਾ ਕੇ ਛਾੜੀ ਆ ਹੁਣ ਉਹਦਾ ਪਰਿਵਾਰ ਸਾਨੂੰ ਫੋਨ ਕਰਕੇ ਧਮਕੀਆਂ ਦਿੰਦਾ ਆ ਕਿ ਸਾਡਾ ਮੁੰਡਾ ਅਸੀਂ ਘਰ ਇੱਥੇ ਮੀਰ ਆ ਸਾਡੇ ਘਰੇ ਫੂਟ ਟਿਊਨਰ ਖੜੀ ਆ ਸਾਡੇ ਘਰੇ ਸਾਡੀਆਂ 50 ਲੱਖ ਦੀ ਕੋਠੀ ਬਣੀ ਹੋਈ ਆ ਤੇ ਤੁਸੀਂ ਇੱਕ ਵੀਡੀਓ ਪਾ ਕੇ ਸਾਡੀ ਮਿੱਟੀ ਪਲੀਤ ਕਰਤੀ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਵੀਰੋ ਦੇਖੋ ਮਿੱਟੀ ਪਲੀਤ ਹੋ ਗਈ ਉਹ ਨਹੀਂ ਵੱਡੀ ਚੀਜ਼ ਜੇ ਤੁਹਾਡਾ ਪੁੱਤ ਮਰ ਗਿਆ ਪੇਟੀ ਦੇ ਵਿੱਚ ਬੰਦ ਹੋ ਕੇ ਆਇਆ ਉਹ ਤੁਹਾਡੇ ਉਹ ਤੁਹਾਡੇ ਲਈ ਸਹੀ ਆ ਤੇ ਇਹੋ ਜਿਹੇ ਕਾਰਨ ਜਦੋਂ ਉੱਥੇ ਹੁੰਦੇ ਆ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਤੁਸੀਂ ਆਪਣਾ ਪੁੱਤ ਲੈ ਜਾਓ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਵੀਡੀਓ ਪਾਉਂਗਾ ਕਿ ਮੈਂ ਮਾਫੀ ਮੰਗਦਾ ਮੇਰ ਤੋਂ ਗਲਤ ਵੀਡੀਓ ਪੈ ਗਈ ਹੂੰ ਪਰ ਇਹੋ ਜਿਹੇ ਮਾਪੇ ਵੀ ਹੈਗੇ ਆ ਜਿਹੜੇ ਕੁਝ ਲਾਲਚੀ ਹੋ ਗਏ ਆ ਜਾਣ ਬੁੱਝ ਕੇ ਆਪਣੇ ਪੁੱਤਾਂ ਨੂੰ ਸੱਦ ਵੀ ਨਹੀਂ ਰਹੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਜੇ ਇੱਥੇ ਆਇਆ ਸਾਡੇ ਲਈ ਬਹੁਤ ਵੱਡੀ ਮੁਸੀਬਤ ਬਣਨੀ ਆ ਜਾਂ ਜਾਇਦਾਦਾਂ ਦਾ ਵੀ ਕਾਰਨ ਬਹੁਤ ਆ ਜਿਹੜੇ ਮਗਰ ਬਜ਼ੁਰਗ ਹੈਗੇ ਆ ਮਾਪੇ ਹੈਗੇ ਆ ਮਾਪੇ ਗੁਜ਼ਰ ਗਏ ਆ ਮਗਰ ਭਰਾ ਭਾਬੀਆਂ ਰਹਿ ਗਈਆਂ ਆ ਉਹ ਵੀ ਕਹਿੰਦੀਆਂ ਵਾ ਕਿ ਜੇ ਬਾਹਰੋਂ ਆਇਆ ਇੱਥੇ ਆਗੇ ਨੇ ਜ਼ਾਇਦਤ ਜ਼ਮੀਨ ਮੰਗਣੀ ਆ ਬਾਹਰ ਮਾਰ ਖੱਪ ਜਾਊਗਾ ਇਹੋ ਜਿਹੇ ਹਾਲਾਤ ਵੀ ਬਹੁਤ ਹੈਗੇ ਆ ਆਪਣੇ ਪੰਜਾਬੀਆਂ ਦੇ ਪਰ ਮੈਂ 70 ਤੋਂ 72 ਮੁੰਡੇ ਜਿਹੜੇ ਆ ਉਹਨਾਂ ਨੂੰ ਇਲਾਜ ਕਰਵਾ ਚੁੱਕਾ ਵਾਂ ਦਵਾਈਆਂ ਦੇ ਚੁੱਕਾ ਆ ਚੱਕ ਕੇ ਲਿਆ ਚੁੱਕਾ ਆ ਪੰਜਾਂ ਛਿਆਂ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਾ ਚੁੱਕਾ ਆ ਬਹੁਤ ਪਰਿਵਾਰ ਇਹੋ ਜਿਹੇ ਆ ਜਿਹੜੇ 12-12 ਸਾਲ ਤੋਂ ਆਪਣੇ ਪੁੱਤ ਦਾ ਮੂੰਹ ਦੇਖਣ ਨੂੰ ਤਰਸਦੇ ਆ ਪਰ ਪੁੱਤ ਸੜਕਾਂ ਤੇ ਰੁੜ ਰਿਹਾ ਜਾਣ ਬੁੱਝ ਕੇ ਰੁੜ ਰਿਹਾ ਇਹੋ ਜਿਹੇ ਹਾਲਾਤ ਜਦੋਂ ਦੇਖੀਦੇ ਆ ਫਿਰ ਆਪਣਿਆਂ ਨੂੰ ਅਵੇਰਨੈਸ ਕਰਨ ਦੀ ਵੀਡੀਓ ਦੇ ਥਰੂ ਕੋਸ਼ਿਸ਼ ਕਰੀਦੀ ਆ ਹਮ ਆਪਣੇ ਪੁੱਤ ਨੂੰ ਅਸੀਂ ਨਹੀਂ ਕਹਿੰਦੇ ਬਾਹਰ ਨਾ ਭੇਜੋ ਹਮ ਕਿਉਂਕਿ ਅਸੀਂ ਵੀ ਖੁਦ ਇਸੇ ਰਸਤੇ ਥਣੀ ਬਾਹਰ ਗਏ ਸੀ ਅੱਜ ਅਸੀਂ ਕਿਵੇਂ ਕਹਿ ਦਈਏ ਕਿ ਅਸੀਂ ਤਰੱਕੀ ਕਰ ਗਏ ਆ ਕਿ ਤੁਸੀਂ ਨਾ ਕਰੋ ਹਮ ਪਰ ਤਰੱਕੀ ਕਰਨ ਦਾ ਕੋਈ ਜਰੀਆ ਵੀ ਹੁੰਦਾ ਕੋਈ ਕੋਸ਼ਿਸ਼ ਵੀ ਹੁੰਦੀ ਸਹੀ ਤਰੀਕੇ ਨਾਲ ਕਰੋ ਜੇ ਤੁਹਾਡਾ ਕੋਈ ਪੁੱਤ ਐਬ ਕਰਦਾ ਆ ਕੋਈ ਨਸ਼ਾ ਆ ਉਹਦਾ ਨਸ਼ਾ ਪੱਤਾ ਜੋ ਵੀ ਆ ਲੁਕੋ ਨਾ ਉਹਦੇ ਐਬ ਨੂੰ ਨਾ ਲਕੋ ਉਹਨੂੰ ਉਹਨੂੰ ਕੋਸ਼ਿਸ਼ ਕਰੋ ਪਹਿਲਾਂ ਉਹਨੂੰ ਸੁਧਾਰਨ ਦੀ ਸੋਚ ਕੰਮ ਕਰਨ ਯੋਗ ਹੈ ਘਰ ਦੇ ਵਿੱਚ ਕੰਮ ਕਰਾ ਕੇ ਦੇਖੋ ਇੱਥੇ ਰੋਟੀ ਲਾ ਕੇ ਨਹੀਂ ਰਾਜੀ ਪੱਠੇ ਕੁੱਤਰ ਕੇ ਨਹੀਂ ਰਾਜੀ ਪਹੂ ਸਾਂਭ ਕੇ ਨਹੀਂ ਰਾਜੀ ਤੇ ਉੱਥੇ ਜਾ ਕੇ ਹੋਟਲ ਦੇ ਵਿੱਚ ਕਿੱਥੇ ਭਾਂਡੇ ਮਾਜ ਲੈਗਾ ਬਿਲਕੁਲ ਉੱਥੇ ਕਿੱਥੇ ਜਾ ਕੇ ਦਿਹਾੜੀ ਉਹ ਖੱਤਿਆਂ ਦੇ ਵਿੱਚ ਕਰ ਲੂਗਾ ਜਦੋਂ ਖੱਤਿਆਂ ਦੇ ਵਿੱਚ ਲੱਕ ਨੂੰ ਬਿੰਗਾ ਕਰਕੇ 12-12 ਘੰਟੇ ਕੰਮ ਕਰਨਾ ਪੈਂਦਾ ਉਹ ਕਿੱਥੇ ਕਰ ਲੂ ਜਿਹਨੇ ਇੱਥੇ ਡੱਕਾ ਨਹੀਂ ਤੋੜਿਆ ਫਿਰ ਇਹੋ ਜਿਹੇ ਪੁੱਤ ਜਦੋਂ ਉੱਥੇ ਜਾਂਦੇ ਆ ਜਿਨ੍ਹਾਂ ਨੂੰ ਕੰਮ ਨਹੀਂ ਹੁੰਦਾ ਫਿਰ ਕੈਪਸੂਲਾਂ ਦਾ ਸਹਾਰਾ ਲੈਣਗੇ ਤਾਕਤਾਲੀਆਂ ਦਵਾਈਆਂ ਦਾ ਸਹਾਰਾ ਲੈਣਗੇ ਉਹ ਹੌਲੀ-ਹੌਲੀ ਕਰਕੇ ਉਹ ਜਿਹੜੇ ਨਸ਼ਾ ਪੱਤਾ ਕੋਈ ਜਿਹੜੇ ਨਸ਼ੇ ਪੱਤੇ ਉਹ ਖਾਣਗੇ ਉਹਨਾਂ ਤੇ ਉਹ ਜੁੜ ਜਾਣਗੇ ਫਿਰ ਪੱਕਾ ਲੱਗ ਜਾਣਗੇ ਕਾਰਨ ਜਿਹੜਾ ਮੇਨ ਇਹੀ ਆ ਜੀ ਆਪਾਂ ਪਹਿਲਾਂ ਆਪਣੀ ਜਿਹੜੀ ਇੱਥੇ ਪੀੜ੍ਹੀ ਹੈ ਨਾ ਇਹਨੂੰ ਪੱਕਾ ਕਰੀਏ ਇਹਨੂੰ ਐਜੂਕੇਟ ਕਰੋ ਪੜ੍ਹਾਓ ਲਿਖਾਓ ਕਿ ਉਹਨਾਂ ਨੂੰ ਪਤਾ ਹੋਵੇ ਕਿ ਜਿਹੜਾ ਅਸੀਂ ਨਸ਼ਾ ਕਰਨ ਜਾ ਰਹੇ ਹਾਂ ਨਸ਼ਾ ਕਰਦਾ ਆ ਇਹ ਸਾਡੇ ਲਈ ਹਾਨੀਕਾਰਕ ਆ ਹਮ ਆਪਣੇ ਧੀਆਂ ਤੇ ਪੁੱਤਾਂ ਨੂੰ ਇੰਨਾ ਕੁ ਪੜ੍ਹਾਓ ਕਿ ਉਹ ਉਹ ਇਹ ਗੱਲ ਸਮਝ ਲੈਣ ਕਿ ਆਹ ਜਿਹੜਾ ਇਹ ਜ਼ਹਿਰ ਆ ਜ਼ਹਿਰ ਹਮ ਇਹ ਜ਼ਹਿਰ ਆ ਅਸੀਂ ਉਹਨਾਂ ਨੂੰ ਐਜੂਕੇਟ ਕਰਨ ਦੀ ਬਜਾਏ ਇੱਥੇ ਅਸੀਂ ਉਹਨਾਂ ਨੂੰ ਸਕੂਲਾਂ ਦੇ ਰੱਟਿਆਂ ਦੇ ਲਾਤਾ ਕਲਾਸਾਂ ਦੇ ਵਿੱਚ ਫਰਸਟ ਕਲਾਸ ਲੈਣ ਤੇ ਲਾਤਾ ਇੱਕ ਦੂਸਰੇ ਨਾਲੋਂ ਜ਼ਿਆਦਾ ਉੱਤੇ ਜਾਣ ਨੂੰ ਲਾਤਾ ਵੱਡੇ ਵੱਡੇ ਸਕੂਲਾਂ ਦੇ ਵਿੱਚ ਲਾਤਾ ਕਿ ਅਸੀਂ ਸਾਡਾ ਪੁੱਤ ਕਿੰਨੇ ਨੰਬਰ ਲੈ ਕੇ ਆਉਂਦਾ ਇਹ ਦੇਖਣਾ ਹੈ ਇਹ ਨਹੀਂ ਲੈ ਇਹ ਨਹੀਂ ਦੇਖਣਾ ਕਿ ਉਹ ਲੈ ਕੇ ਕਿੱਦਾਂ ਆਉਂਦਾ ਭਵਾ ਉਹ ਕਾਪੀਆਂ ਪਰਚੀਆਂ ਭਵਾ ਉਹਨਾਂ ਦੇ ਰੱਟੇ ਲਾਵੇ ਤੁਸੀਂ ਆਪਣੇ ਪੁੱਤਾਂ ਨੂੰ ਪ੍ਰੈਕਟੀਕਲ ਕਰੋ ਉਹਨਾਂ ਨੂੰ ਥਿਊਰੀ ਸਮਝਾਓ ਕਿ ਥਿਊਰੀ ਕੀ ਆ ਥਿਊਰੀ ਵੱਲ ਲੈ ਕੇ ਜਾਓ ਨਾ ਹੀ ਕੀ ਤੁਸੀਂ ਉਹਨਾਂ ਨੂੰ ਰੱਟਿਆਂ ਦੇ ਲਾਓ ਮੇਨ ਪੰਜਾਬ ਦੀ ਪ੍ਰੋਬਲਮ ਇੱਥੇ ਆ ਕੇ ਮੁੱਕਦੀ ਆ ਕਿ ਅਸੀਂ ਆਪਣੇ ਪੁੱਤਾਂ ਨੂੰ ਰੱਟਿਆਂ ਦੇ ਲਾਤਾ ਅਸੀਂ ਮਜਬੂਰ ਕਰਤਾ ਕਿਤਾਬਾਂ ਦੇ ਕੇ ਕਿ ਤੁਸੀਂ ਇਹਨਾਂ ਨੂੰ ਪੜਨਾ ਆ ਇਹਨਾਂ ਨੂੰ ਰੱਟੇ ਲਾਓ ਪੇਪਰ ਦਿਓ ਤੇ ਫਸਟ ਡਿਵੀਜ਼ਨ ਲੈ ਕੇ ਆਉਣੀ ਆ ਮੇਨ ਪ੍ਰੋਬਲਮ ਇੱਥੇ ਆ ਕੇ ਮੁੱਕਦੀ ਜੀ ਸਾਰਿਆਂ ਦੀ ਜਦੋਂ ਸਾਡੇ ਪੁੱਤ ਕੋਈ ਵੀ ਕਿਸੇ ਨੂੰ ਪ੍ਰੈਕਟੀਕਲ ਦਾ ਥਿਊਰੀ ਦਾ ਪਤਾ ਹੀ ਨਹੀਂ ਕਿ ਇਹ ਥਿਊਰੀ ਇਹਦਾ ਫਾਰਮੂਲਾ ਕੀ ਆ ਤੇ ਮੈਂ ਬੇਨਤੀ ਕਰਦਾ ਨੌਜਵਾਨੋ ਵੀਰਾਂ ਨੂੰ ਜਿਹੜੇ ਪੜਦੇ ਆ ਫਾਰਮੂਲੇ ਜਿਹੜਾ ਫਾਰਮੂਲਾ ਹੁੰਦਾ ਨਾ ਫਾਰਮੂਲੇ ਨਾਲ ਹਰ ਇੱਕ ਸਵਾਲ ਦਾ ਆਨਸਰ ਦਾ ਜਵਾਬ ਕੱਢਿਆ ਜਾ ਸਕਦਾ ਆ ਰੱਟੇ ਨਾਲ ਸਿਰਫ ਉਸੇ ਸਵਾਲ ਦਾ ਤੁਸੀਂ ਜਵਾਬ ਕੱਢ ਸਕਦੇ ਜਿਹਦਾ ਰੱਟਾ ਲਾ ਰਹੇ ਆ ਬਿਲਕੁਲ ਤੇ ਇਨਨੇ ਕਿ ਮੈਂ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਕਿ ਜਰੂਰ ਇਹਨਾਂ ਚੀਜ਼ਾਂ ਦੇ ਧਿਆਨ ਦੇਣਾ ਆਪਣੇ ਪੰਜਾਬੀ ਬਹੁਤ ਸ਼ੁਕਰੀਆ ਐ ਐਸੇ ਕਰਕੇ ਤੁਹਾਡੇ ਕੋਲ ਮੈਂ ਆਇਆ ਸੀ ਰੀਜ਼ਨ ਔਰ ਇੱਕ ਤੇ ਤੁਹਾਡਾ ਧੰਨਵਾਦ ਬਹੁਤ ਅਸੀਂ ਮੈਂ ਫਿਰ ਤੋਂ ਕਰਦਾ ਕਿ ਬਹੁਤ ਵਧੀਆ ਕਵਰੇਜ ਜੋ ਤੁਸੀਂ ਉੱਥੋਂ ਦਿੱਤੀ ਆ ਪਾਕਿਸਤਾਨ ਤੋਂ ਇੱਕ ਚੰਗਾ ਸੰਦੇਸ਼ ਉਸ ਦੇ ਵਿੱਚੋਂ ਸਾਨੂੰ ਮਿਲਿਆ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚੋਂ ਤੇ ਦੂਜਾ ਅੱਜ ਦੀ ਮੁਲਾਕਾਤ ਦੇ ਲਈ ਵੀ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜਗਦੀਪ ਸਿੰਘ ਜੀ ਤੁਸੀਂ ਸਾਡੇ ਪਿੰਡ ਆਇਆ ਤੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਵੀ ਤੇ ਤੁਸੀਂ ਵੀ ਪੰਜਾਬੀ ਲੋਕ ਚੈਨਲ ਦੇ ਨਾਲ ਕਿਉਂ ਜੁੜਨ ਦੀ ਇੱਕ ਵਜ੍ਹਾ ਆ ਪੰਜਾਬੀ ਲੋਕ ਚੈਨਲ ਦੂਸਰੇ ਚੈਨਲਾਂ ਨਾਲੋਂ ਬਹੁਤ ਵੱਖਰਾ ਇਹ ਇਹ ਉਹ ਦਿਖਾਉਂਦਾ ਆ ਜੋ ਸੱਚ ਆ ਇਹ ਉਹ ਦਿਖਾ ਰਿਹਾ ਆ ਜੋ ਸਾਨੂੰ ਸਾਰਿਆਂ ਨੂੰ ਦਿਖਾਉਣਾ ਚਾਹੀਦਾ ਅਸੀਂ ਹਜ਼ਾਰਾਂ ਵਾਰੀ ਕਹਿ ਦਿੰਨੇ ਆ ਪੰਜਾਬੀ ਨੂੰ ਬਚਾਓ ਪੰਜਾਬੀ ਮੈਂ ਕਹਿੰਦਾ ਅਸੀਂ ਪੰਜਾਬੀ ਨੂੰ ਬਚਾਈਏ ਨਾਲ ਆਪਣੇ ਪੁੱਤਾਂ ਨੂੰ ਵੀ ਬਚਾਈਏ ਪੁੱਤਾਂ ਨੂੰ ਪੜ੍ਹਾਈਏ ਪੰਜਾਬੀ ਪੜ੍ਹਾਈਏ ਜੇ ਸਾਡੇ ਪੁੱਤ ਬਚਣਗੇ ਤੇ ਤਾਂ ਹੀ ਅਸੀਂ ਪੰਜਾਬੀ ਨੂੰ ਕਾਇਮ ਰੱਖ ਸਕਦੇ ਆ ਨਹੀਂ ਤੇ ਅਸੀਂ ਜਨਰੇਸ਼ਨ ਨਾ ਬਚਾਈਏ ਨਾ ਸਾਡੇ ਅੱਗੇ ਆਉਣ ਵਾਲਾ ਕੋਈ ਪੱਲੇ ਨਹੀਂ ਕੁਝ ਵੀ ਅਸੀਂ ਖਤਮ ਹੋ ਜਾਣਾ ਜਿਹੜੀ ਕੌਮ ਦੀ ਗਾਂ ਜਨਰੇਸ਼ਨ ਨਾ ਹੋਵੇ ਤੇ ਗਾਂ ਉਹ ਆਉਣ ਵਾਲੀ ਪੀੜ੍ਹੀ ਨਾ ਹੋਵੇ ਨਾ ਉਹ ਕੌਮਾਂ ਬਾਲਾ ਟਾਈਮ ਟਿਕਦੀਆਂ ਨਹੀਂ ਹੁੰਦੀਆਂ ਤੇ ਇਸ ਲਈ ਪੰਜਾਬੀ ਲੋਕ ਚੈਨਲ ਮੈਂ ਬਹੁਤ ਵੱਡਾ ਉਪਰਾਲਾ ਆ ਪੰਜਾਬੀ ਲੋਕ ਚੈਨਲ ਦਾ ਜੁੜੀਆਂ ਜਿੰਨੀਆਂ ਵੀਡੀਓ ਹੁੰਦੀਆਂ ਮੈਸੇਜ ਵਾਲੀਆਂ ਹੁੰਦੀਆਂ ਕੋਈ ਵੀ ਹਰ ਇੱਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਤੱਤ ਹੁੰਦਾ ਲੱਗਦਾ ਤੇ ਮੈਂ ਤਾਂ ਹੀ ਪੰਜਾਬੀ ਲੋਕ ਚੈਨਲ ਦਾ ਸ਼ੁਰੂ ਤੋਂ ਹੀ ਬੜਾ ਫੈਨ ਆ ਜੀ ਬਹੁਤ ਦੇਖਦਾ ਮੈਂ ਕਿ ਬਾਕੀ ਤੁਸੀਂ ਮੌਕਾ ਦਿੱਤਾ ਤੁਸੀਂ ਆਪਣੇ ਚੈਨਲ ਤੇ ਮੈਨੂੰ ਵੀਡੀਓ ਕਰਨ ਦਾ ਤੇ ਉਹਦੇ ਲਈ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਇਹ ਸਨ ਅਮਰੀਕ ਸਿੰਘ ਸਪੈਨ ਜੀ ਬਹੁਤ ਵਧੀਆ ਗੱਲ ਕੀਤੀ ਹੈ ਪੰਜਾਬੀ ਨੂੰ ਬਚਾਓ ਪੰਜਾਬੀ ਨੂੰ ਬਚਾਓ ਅਸੀਂ ਹਰ ਕੋਈ ਕਹਿ ਰਹੀਆਂ ਪਰ ਪੰਜਾਬੀ ਨੂੰ ਬਚਾਓ ਨਾਲ ਪੁੱਤਾਂ ਨੂੰ ਜ਼ਰੂਰ ਬਚਾਓ ਕਿਉਂਕਿ ਜੇ ਪੁੱਤ ਬਚਣਗੇ ਕਿੰਨੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਜਾਂ ਤਾਂ ਉਹਦੀ ਜਨਰੇਸ਼ਨ ਜੋ ਉਹਦੀ ਪੀੜ੍ਹੀ ਹੈ ਉਹਨੂੰ ਗਲਤ ਪਾਸੇ ਲਗਾ ਦਿਓ ਫਿਰ ਤੇ ਉਹਨੂੰ ਅਜੇਹਾ ਅਜ ਕਰ ਰਹੇ ਆ ਆਪਾਂ ਵਿਆਹ ਤੋਂ ਬਾਅਦ ਢੇਰ ਲੱਗੇ ਹੋਏ ਆ ਹਸਪਤਾਲਾਂ ਦੇ ਵਿੱਚ ਪੰਜਾਬ ਦੇਆਂ ਦੇ ਵਿੱਚ ਬੱਚੇ ਨਹੀਂ ਹੋ ਰਹੇ ਕਾਰਨ ਉਹੀ ਹੈ ਵੀ ਸਾਨੂੰ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਨਾਲ ਮਾਰਿਆ ਜਾ ਰਿਹਾ ਕੋਈ ਸਾਨੂੰ ਸਾਡੀ ਭਾਸ਼ਾ ਨੂੰ ਖਤਮ ਕਰ ਰਿਹਾ ਹੈ ਕੋਈ ਸਾਡੇ ਪੁੱਤਾਂ ਨੂੰ ਸਾਜ਼ਿਸ਼ ਦੇ ਨਾਲ ਖਤਮ ਕਰ ਰਿਹਾ ਹੈ ਵੀ ਜਾਂ ਤਾਂ ਇਹਨਾਂ ਦੀ ਕਿਸੇ ਕੌਮ ਨੂੰ ਮਾਰਨ ਦੇ ਲਈ ਦੋ ਹੀ ਚੀਜ਼ਾਂ ਹੁੰਦੀਆਂ ਜਾਂ ਤਾਂ ਉਹਦੀ ਭਾਸ਼ਾ ਖਤਮ ਕਰ ਦਿਓ ਜਾਂ ਉਹਨਾਂ ਦੀ ਪੀੜ੍ਹੀ ਖਤਮ ਕਰ ਦਿਓ ਸਾਨੂੰ ਤਾਂ ਇੱਕ ਨਹੀਂ ਸਾਨੂੰ ਤਾਂ ਦੋਨਾਂ ਸਾਜ਼ਿਸ਼ਾਂ ਦੇ ਨਾਲ ਅਸੀਂ ਸਾਡਾ ਪੰਜਾਬ ਸ਼ਿਕਾਰ ਹੋ ਰਿਹਾ ਫਿਰ ਅਸੀਂ ਕਿਵੇਂ ਕਹਿ ਦਈਏ ਵੀ ਅਸੀਂ ਤੰਦਰੁਸਤ ਆ ਫਿਰ ਅਸੀਂ ਕਿਵੇਂ ਕਹਿ ਦਈਏ ਬਹੁਤ ਲੋਕ ਕਹਿੰਦੇ ਹੁੰਦੇ ਆ ਕਿ ਇਹਨੇ ਜਗਦੀਪ ਸਿੰਘ ਜੀ ਤੂੰ ਨਾ ਵੀ ਚੜ੍ਹਦੀ ਕਲਾ ਦੀਆਂ ਗੱਲਾਂ ਨਹੀਂ ਕਰਦਾ ਹੁੰਦਾ ਕਈ ਵਾਰ ਵੀ ਟੈਂ ਦੀ ਯਾਰ ਜਦੋਂ ਸਾਡੀ ਕੌਮ ਨਹੀਂ ਚੜਦੀ ਕਲਾ ਦੇ ਵਿੱਚ ਨਹੀਂ ਐ ਜਦੋਂ ਸਾਡੇ ਨੌਜਵਾਨ ਹੀ ਮਰ ਰਹੀ ਨੇ ਮਾਮਾ ਦੇ ਪੁੱਤ ਕੋਈ ਫਾਹੇ ਲੈ ਰਿਹਾ ਕੋਈ ਚਿੱਟੇ ਪੀ ਕੇ ਮਰ ਰਿਹਾ ਜਦੋਂ ਹਰ ਪਾਸੇ ਤੁਰਦੇ ਨੂੰ ਮੈਨੂੰ ਲਾਸ਼ਾਂ ਨਜ਼ਰ ਆਉਣ ਤਾਂ ਮੈਂ ਕਿਵੇਂ ਚੜਦੀ ਕਲਾ ਦੇ ਗੀਤ ਗਾਦਿਆਂ ਤਾਂ ਮੈਂ ਕਿਵੇਂ ਖੁਸ਼ੀ ਦੇ ਗੀਤ ਗਾਦਿਆਂ ਜਿਸ ਘਰ ਦੇ ਵਿੱਚੋਂ ਜਨਾਜ਼ੇ ਉੱਠ ਰਹੇ ਨੇ ਉਸ ਘਰ ਦੇ ਵਿੱਚ ਸ਼ਗਨਾਂ ਦਾ ਗੀਤ ਸ਼ਗਨਾਂ ਦੀ ਬੋਲੀ ਕਿਵੇਂ ਪਾਦਮਾ ਮੇਰੇ ਯਾਰੋ ਸੋ ਬੇਨਤੀ ਇੱਕ ਵਾਰ ਜ਼ਰੂਰ ਕਰਾਂਗੇ ਪੰਜਾਬੀ ਲੋਕ ਚੈਨਲ ਦੇ ਵੱਲੋਂ ਪੁੱਤਾਂ ਨੂੰ ਸੰਭਾਲੋ ਪਾਸ਼ਾ ਨੂੰ ਸੰਭਾਲੋ ਤਾਂ ਜੋ ਅਸੀਂ ਮਰਤੋਂ ਪੰਜਾਬ ਨੂੰ ਆਪਣੇ ਪੈਰਾਂ ਦੇ ਉੱਤੇ ਪੰਜਾਬ ਸਿਆ ਨੂੰ ਖੁਸ਼ਹਾਲ ਤੇ ਮਜ਼ਬੂਤ ਤੰਦਰੁਸਤ ਕਰ ਸਕੀਏ ਜਗਦੀਪ ਸਿੰਘ ਥੜੀ ਨੂੰ ਦਿਓ ਇਜਾਜ਼ਤ ਧੰਨਵਾਦ